ਜੈ ਮਸੀਹ ਕੀ एवरीवन ਜੈ ਮਸੀਹ ਦੀ ਸਾਰਿਆਂ ਨੂੰ ਪਰਮੇਸ਼ਰ ਦਾ ਪਤਨਵਾਦ ਕਰਦੇ ਆ ਅਸਤੇ ਜੀ ਬਹੁਤ ਉੱਚੀ ਕਹਿ ਦਿੰਦੇ ਆ ਤੇ ਮੈਂ ਪਿੱਛੇ ਰਹਿ ਜਾਂਦੀ ਹੈ ਇਜ਼ ਅ ਲਾਰਡ ਪਰ ਪ੍ਰਭੂ ਨੇ ਆਪਨ ਨੂੰ ਇੱਦਾਂ ਹੀ ਰੱਖਿਆ ਆ ਸੋ ਪਰਮੇਸ਼ਰ ਦਾ ਧੰਨਵਾਦ ਕਰਦੇ ਆ ਸਾਰਿਆਂ ਨੂੰ ਜੈ ਮਸੀਹ ਦੀ ਵੈਲਕਮ ਜੀ ਆਇਆਂ ਨੂੰ ਕਹਿੰਦੇ ਆ ਤੁਹਾਨੂੰ ਤੇ ਜਿੰਨੇ ਵੀ ਜੁੜਨ ਵਾਲੇ ਆ ਜਾਂ ਜੁੜ ਗਏ ਆ ਜਾਂ ਜਿਨੀਆਂ ਨੇ ਮਗਰੋਂ ਵੀ ਦੇਖਣਾ ਆ ਪ੍ਰਭੂ ਤੁਹਾਨੂੰ ਬLES ਕਰੇ ਅਮਨ ਤੇ ਹਮੇਸ਼ਾ ਬਚਨਾਂ ਦੇ ਨਾਲ ਅਸੀਂ ਬLES ਹੁੰਦੇ ਰਹੀਏ ਕਿਉਂਕਿ ਪ੍ਰਭੂ ਜੀ ਦੇ ਬਚਨ ਜਿਹੜੇ ਆ ਉਹ ਸਾਡੀ ਆਤਮਾ ਦੀ ਖਰਾਕ ਆ ਅੱਜ ਮੈਂ ਸਵੇਰੇ ਇੱਕ ਕਿਸੇ ਦਾ ਆਰਟੀਕਲ ਪੜ੍ਹਦੀ ਸੀ ਉਹ ਕਹਿੰਦੇ ਕਿ ਕਿੰਨੇ ਘੰਟੇ ਅਸੀਂ ਜਿਹੜਾ ਦੁਨੀਆਂ ਦਾ ਖਾਣਾ ਆਪਣੇ ਸਰੀਰ ਨੂੰ ਖਵਾਉਂਦੇ ਆ। ਜਿਹੜਾ ਇਹ ਸਰੀਰ ਫੇਵੀਥੀ ਰਜਣਾ ਨਾਸ਼ ਹੋ ਜਾਣਾ ਹੈ। ਪਰ ਅਸੀਂ ਦੀ ਦੇਖਭਾਲ ਕਰਦੇ ਪਰ ਦੂਜੇ ਪਾਸੇ ਬਚਨ ਵੀ ਸਾਨੂੰ ਇਹ ਦੱਸਦਾ ਕਿ ਅਸੀਂ ਸਰੀਰ ਦੀ ਦੇਖਭਾਲ ਕਰਨੀ ਆ। ਮੈਂ ਇਹ ਨਹੀਂ ਕਹਿੰਦੀ ਤੁਸੀਂ ਦੇਖਭਾਲ ਨਾ ਕਰੋ ਖਾਣਾ ਨਾ ਖਾਓ। ਪਰ ਕਹਿਣ ਦਾ ਮਤਲਬ ਆ ਕਿ ਸਾਨੂੰ ਆਪਣੀ ਆਤਮਾ ਦੀ ਵੀ ਜਿਹੜੀ ਹਮੇਸ਼ਾ ਤੱਕ ਜਿੰਦੀ ਰਹਿਣੀ ਆ। ਜਿਹਦੇ ਪਰਮੇਸ਼ਰ ਦੇ ਅੱਗੇ ਜਾ ਕੇ ਅਸੀਂ ਖੜੇ ਹੋਣਾ ਹੈ ਉਹਨੂੰ ਵੀ ਖਰਾਕ ਦੇਣੀ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਪਰ ਸੰਨੁਬਚਨ ਦੱਸਦਾ ਹੈ ਕਿ ਅਸੀਂ ਆਪਣੇ ਸਰੀਰ ਦਾ ਵੀ ਖਿਆਲ ਰੱਖਣਾ ਪਰ ਸਾਰਾ ਟਾਈਮ ਸਰੀਰ ਦੇ ਵਿੱਚ ਨਹੀਂ ਪਰ ਆਪਣੀ ਆਤਮਾ ਨੂੰ ਵੀ ਖਰਾਕ ਦੇਣੀ ਹੈ ਆਮਨ ਸੋ ਅਸੀਂ ਆਪਣੇ ਆਤਮਾ ਦਾ ਵੀ ਖਿਆਲ ਰੱਖਣਾ ਹੈ ਜਿਹੜੀ ਹਮੇਸ਼ਾ ਤੱਕ ਜਿੰਦੀ ਰਹਿਣੀ ਹੈ ਜਿਹੜਾ ਸਰੀਰ ਉਹ ਆਪਾਂ ਇਸ ਦੁਨੀਆ ਦੇ ਵਿੱਚ ਤੋਂ ਬਾਅਦ ਇਸ ਸੂਟ ਇੱਥੇ ਰਹਿ ਜਾਣਾ ਪਰ ਜਿੰਨਾ ਚਿਰ ਅਸੀਂ ਹੈਗੇ ਆ ਸਾਨੂੰ ਇਹਦੀ ਲੋੜ ਆ ਤੇ ਅਸੀਂ ਇਹਦੀ ਦੇਖਭਾਲ ਕਰਨੀ ਆ ਪਰ ਹਮੇਸ਼ਾ ਇਹਦੇ ਅੱਖੇ ਨਹੀਂ ਲੱਗਣਾ ਪਵਿੱਤਰ ਆਤਮਾ ਜੀ ਦੇ ਅੱਖੇ ਲੱਗਣਾ ਹੈ ਜਿੱਦੋਂ ਉਹ ਸਾਨੂੰ ਗਾਈਡ ਕਰਦੇ ਆ ਉਹਨਾਂ ਦੇ ਨਾਲ ਤੁਰਨਾ ਹੈ ਆਮੇ ਸੋ ਅਸੀਂ ਤੁਹਾਡਾ ਫੇਕ ਹੀ ਸਵਾਗਤ ਕਰਦੇ ਆ ਨਿੱਗਾ ਵੈਲਕਮ ਕਰਦੇ ਜੀ ਆਇਆਂ ਨੂੰ ਕਹਿੰਦੇ ਆ ਤੇ ਤੁਹਾਨੂੰ ਇੱਕ ਜੋਬ ਵੀ ਦਿੰਨੇ ਆ ਕਿ ਤੁਸੀਂ ਜਿਹੜਾ ਇਹ ਅੱਜ ਦਾ ਬਚਨ ਆ ਤੁਸੀਂ ਸ਼ੇਅਰ ਕਰੋ ਇਹ ਲਿੰਕ ਨੂੰ ਹੁਣੇ ਹੀ ਬਟਨ ਦਬਾ ਦੋ ਚੈਨ ਨਹੀਂ ਲੱਗਣਾ ਲਿੰਕ ਸ਼ੇਅਰ ਕਰਕੇ ਲਾਈਕ ਵੀ ਕਰੋ ਤੇ ਪ੍ਰਭੂ ਅਸੀਂ ਪ੍ਰਭੂ ਦਾ ਪਤਨ ਵਾਦ ਕਰਦੇ ਕਿ ਪ੍ਰਭੂ ਨੇ ਸਾਨੂੰ ਬਹੁਤ ਹੀ ਚੰਗੀ ਜਿਹੀ ਜਰਾ ਇੱਕ ਘਰ ਬੈਠਣ ਨੂੰ ਬਹੁਤ ਸਾਰਾ ਇੰਗਲੈਂਡ ਦੇ ਵਿੱਚ ਅੱਜ ਮੀਂਹ ਪੈ ਰਿਹਾ ਕਈ ਦਾ ਫਲੱਡ ਆਇਆ ਪਰ ਫੇ ਵੀ ਪਰਮੇਸ਼ਰ ਨੇ ਸਾਨੂੰ ਇਹ ਇੱਕ ਜਰੀਆ ਬਣਾਤਾ ਕਿ ਅਸੀਂ ਘਰ ਬੈਠੇ ਹੀ ਪ੍ਰਭੂ ਦਾ ਬਚਨ ਦੂਜਿਆਂ ਤੱਕ ਪਹੁੰਚ ਸਕਦੇ ਹਾਂ ਸੋ ਤੁਸੀਂ ਵੀ ਘਰ ਬੈਠੇ ਦੇਖ ਸਕਦੇ ਆ ਤੇ ਘਰ ਬੈਠੇ ਹੀ ਦੂਜਿਆਂ ਨਾਲ ਇਹ ਲਿੰਕ ਸ਼ੇਅਰ ਵੀ ਕਰ ਸਕਦੇ ਆ ਸੋ ਆਪਾਂ ਪ੍ਰਭੂ ਜੀ ਦਾ ਇਹਦੇ ਵਾਸਤੇ ਵੀ ਧੰਨਵਾਦ ਕਰਦੇ ਆ ਆਜਾਓ ਆਪਾਂ ਪ੍ਰਾਰਥਨਾ ਕਰਨੀ ਹੈ ਤੇ ਬਚਨ ਪੜ੍ਹਨਾ ਹੈ ਤੇ ਫਿਰ ਆਪਾਂ ਪਾਸਟਰ ਜੀ ਵੱਲ ਨੂੰ ਦੇਖਦੇ ਆ ਕਿ ਪਾਸਟਰ ਜੀ ਨੇ ਅੱਜ ਪਵਿੱਤਰ ਆਤਮਾ ਜੀ ਨੇ ਉਹਨਾਂ ਦੇ ਦਿਲ ਵਿੱਚ ਕੀ ਬਚਨ ਪਾਇਆ ਤੇ ਮੇਰੀ ਪ੍ਰਾਰਥਨਾ ਹੈ ਕਿ ਜਦੋਂ ਅਸੀਂ ਬਚਨ ਸੁਣੀਏ ਸਾਡੇ ਕੰਨ ਖੁੱਲੇ ਹੋਣ ਤੇ ਅਸੀਂ ਉਹਨਾਂ ਨੂੰ ਸੁਣ ਕੇ ਆਪਣੇ ਜੀਵਨ ਵਿੱਚ ਲਾਗੂ ਕਰਨ ਵਾਲੇ ਬਣ ਸਕੀਏ ਸਾਜ ਉਹ ਬਚਨ ਪੜ੍ਹਦੇ ਆ ਪਹਿਲਾਂ ਪ੍ਰਭੂ ਜੀ ਦਾ ਬਚਨ ਉਤਪਤੀ ਕਿਤਾਬ ਜਿਹਨੂੰ ਜੈਨਸਿਸ ਕਿਹਾ ਜਾਂਦਾ ਹੈ ਚੈਪਟਰ 16 ਤੇ ਉਹਦੀਆਂ ਪਹਿਲੀਆਂ ਛੇ ਆਇਤਾਂ ਪੜ੍ਹਨ ਲੱਗੀਆਂ ਜੈਨਸਿਸ ਚੈਪਟਰ 16 ਵਰਸ 1 ਤੋਂ 6 ਤੇ ਉਤਪਤੀ ਕਿਤਾਬ ਪਹਿਲਾ 16ਵਾਂ ਚੈਪਟਰ 1 ਤੋਂ 6 ਆਇਤ ਤੱਕ ਇਸਮਾਈਲ ਦਾ ਜਨਮ ਸਾਰਾਈ ਅਬਰਾਹਮ ਦੀ ਪਤਨੀ ਉਹਦੇ ਲਈ ਪੁੱਤਰ ਨਾ ਜਣੇ ਉਹਦੇ ਕੋਲ ਇੱਕ ਮਿਸਰੀ ਗੋਲੀ ਸੀ ਜਿਹਦਾ ਨਾਮ ਹਾਜਰਾ ਸੀ ਤਾਂ ਸਾਰੈ ਨੇ ਅਬਰਾਹਮ ਨੂੰ ਆਖਿਆ ਵੇਖ ਜਹੋਵਾ ਨੇ ਮੈਨੂੰ ਜਨਨ ਤੋਂ ਠਾਕਿਆ ਹੈ ਮੇਰੀ ਗੋਲੀ ਕੋਲ ਜਾ ਸ਼ਾਇਦ ਮੈਂ ਉਸ ਤੋਂ ਔਲਾਦ ਵਾਲੀ ਬਣਾਈ ਜਾਵਾਂ ਅਬਰਾਹਮ ਨੇ ਸਾਰੈ ਦੀ ਗੱਲ ਸੁਣੀ ਜਦੋਂ ਅਬਰਾਹਮ ਨੂੰ ਕਨਾਨ ਦੇਸ਼ ਵਿੱਚ ਬਸਦਿਆਂ 10 ਬਰੇ ਹੋ ਗਏ ਤਸਾਰਾਈ ਅਬਰਾਹਮ ਦੀ ਪਤਨੀ ਨੇ ਆਪਣੀ ਮਿਸਰੀ ਗੋਲੀ ਹਾਜਰਾ ਨੂੰ ਲੈ ਕੇ ਆਪਣੇ ਪਤੀ ਅਬਰਾਹਮ ਨੂੰ ਉਹਦੀ ਸੀਮੀ ਬਣਨ ਲਈ ਦਿੱਤਾ ਉਹ ਹਾਜਰਾ ਕੋਲ ਗਿਆ ਅਤੇ ਉਹ ਗਰਭਣੀ ਹੋਈ ਜਾਂ ਉਸਨੇ ਵੇਖਿਆ ਕਿ ਮੈਂ ਗਰਭਣੀ ਹਾਂ ਤਾਂ ਉਹਦੀ ਬੀਬੀ ਉਹਦੀਆਂ ਅੱਖਾਂ ਵਿੱਚ ਤੁਛ ਹੋ ਗਈ ਤਾਂ ਸਾਰਾਈ ਨੇ ਅਬਰਾਹਮ ਨੂੰ ਆਖਿਆ ਮੇਰੀ ਹੱਤਿਆ ਤੇਰੇ ਉੱਤੇ ਪਵੇ ਮੈਂ ਆਪਣੀ ਗੋਲੀ ਨੂੰ ਤੇਰੀ ਹਿੱਕ ਨਾਲ ਲਾ ਦਿੱਤਾ ਅਤੇ ਜਦ ਉਸਨੇ ਵੇਖਿਆ ਕਿ ਉਹ ਗਰਭਣੀ ਹੋਈ ਹੈ ਤਾਂ ਮੇਰੀ ਕਦਰ ਉਹਦੀਆਂ ਅੱਖੀਆਂ ਵਿੱਚ ਘਟ ਗਈ। ਯਹੋਵਾ ਮੇਰਾ ਔਰ ਤੇਰਾ ਨਿਆਂ ਕਰੇ। ਫਿਰ ਅਬਰਾਹਮ ਨੇ ਸਾਰਾਈ ਨੂੰ ਆਖਿਆ ਵੇਹ ਤੇਰੀ ਗੋਲੀ ਤੇਰੇ ਬਸ ਵਿੱਚ ਹੈ। ਜੋ ਤੇਰੀ ਨੇ ਨਿਗਾ ਵਿੱਚ ਚੰਗਾ ਹੈ ਤੂੰ ਉਸ ਨਾਲ ਉਹ ਹੀ ਕਰ ਉਪਰੰਤ ਸਾਰਾਈ ਨੇ ਉਸ ਨਾਲ ਸਖਤੀ ਕੀਤੀ। ਅਤੇ ਉਹ ਉਸ ਦੇ ਕੋਲੋਂ ਭੱਜ ਗਈ ਆਮੇਨ ਆਜੋ ਆਪਾਂ ਪ੍ਰਾਰਥਨਾ ਕਰੀਏ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਆਂ ਅੱਜ ਦੇ ਇਸ ਮੌਕੇ ਵਾਸਤੇ ਅੱਜ ਦੇ ਦਿਨ ਵਾਸਤੇ ਜੋ ਤੁਸਨ ਬਹੁਤ ਵਧੀਆ ਦਿਨ ਦਿੱਤਾ ਹੁਣ ਤੱਕ ਸੰਭਾਲ ਕੇ ਰੱਖਿਆ ਆਪਣੀ ਕਿਰਪਾ ਦੇ ਥੱਲੇ ਰੱਖਿਆ ਪ੍ਰਭੂ ਜੀ ਤੁਹਾਡੀ ਕਿਰਪਾ ਤੋਂ ਬਿਨਾ ਅਸੀਂ ਅੱਖ ਨਹੀਂ ਸੀ ਖੋਲ ਸਕਦੇ ਤੁਹਾਡੀ ਕਿਰਪਾ ਤੋਂ ਬਗੈਰ ਅਸੀਂ ਤੁਰ ਫੇਰ ਨਹੀਂ ਸੀ ਸਕਦੇ ਅਸੀਂ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਦਿੱਤੀ ਆ ਤੇ ਬਹੁਤ ਸੋਹਣਾ ਜੀਵਨ ਦਿੱਤਾ ਪ੍ਰਭੂ ਤਾਂਵਾਦ ਕਰਦੇ ਅਸੀਂ ਦੇਖ ਸਕਦੇ ਹਾਂ ਬੋਲ ਸਕਦੇ ਸੁਣ ਸਕਦੇ ਹਾਂ ਕਿਉਂਕਿ ਤੁਹਾਡੀ ਕਿਰਪਾ ਹੈ ਸੋ ਮੇਰੀ ਪ੍ਰਾਰਥਨਾ ਹੈ ਪ੍ਰਭੂ ਕਿ ਦੁਨੀਆ ਦੀਆਂ ਆਵਾਜ਼ਾਂ ਹੁਣ ਸਾਡੇ ਕੰਨਾਂ ਚੋਂ हट ਜਾਣ ਸਾਡੀਆਂ ਆਪਣੀਆਂ ਸੋਚਾਂ हट ਜਾਣ ਪਰ ਤੁਹਾਡੀਆਂ ਸੋਚਾਂ ਤੇ ਤੁਹਾਡੇ ਕੰਨ ਤੁਹਾਡੇ ਬਚਨ ਸੁਣ ਲਈ ਸਾਡੇ ਕੰਨ ਖੁੱਲ ਜਾਣ ਤਾਂ ਕਿ ਅਸੀਂ ਪ੍ਰਭੂ ਜੀ ਤੁਹਾਡੇ ਬਚਨ ਨੂੰ ਚੰਗੀ ਤਰ੍ਹਾਂ ਸਮਝ ਸਕੀਏ ਜਾਣ ਸਕੀਏ ਔਰ ਪਿਤਾ ਪ੍ਰਭੂ ਜੀ ਤੁਹਾਡੀ ਹੀ ਵਡਿਆਈ ਕਰ ਸਕੀਏ ਆਓ ਪਿਤਾ ਪ੍ਰਮੇਸ਼ਰ ਜੀ ਐਸਾ ਖੀਰੀ ਟਾਈਮ ਦੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਡੂੰਗੀ ਤਰ੍ਹਾਂ ਜੁੜ ਸਕੀਏ ਸਾਡੇ ਰਸਤੇ ਡੂੰਗੇ ਕਰ ਲਓ ਪ੍ਰਭੂ ਜੀ ਕਿਉਂਕਿ ਸੱਚਮੁੱਚ ਟਾਈਮ ਬਹੁਤ ਲੱਗੇ ਆ ਤੇ ਸਾਡੀ ਮਦਦਕਾਰ ਕਿ ਅਸੀਂ ਹਰ ਵੇਲੇ ਤੁਹਾਡੀ ਆਵਾਜ਼ ਨੂੰ ਸੁਣਨ ਨੂੰ ਤੇ ਪਛਾਨਣ ਨੂੰ ਕਾਲੀ ਵਿੱਚ ਹੋਈਏ ਤੇ ਆਖੇ ਵੀ ਲੱਗੀ ਸੋ ਪਿਤਾ ਪ੍ਰਭੂ ਜੀ ਮੇਰੀ ਪ੍ਰਾਰਥਨਾ ਨੂੰ ਸੁਣੋ ਤੇ ਕਬੂਲ ਕਰੋ ਔਰ ਜਿੰਨੇ ਵੀ ਮੇਰੇ ਭੈਣ ਭਰਾ ਨੌਜਵਾਨ ਬੱਚੇ ਬਜ਼ੁਰਗ ਸਾਡੇ ਨਾਲ ਜੁੜ ਰਹੇ ਆ ਤੁਸੀਂ ਇਕੱਲੇ ਇਕੱਲੇ ਦੇ ਤੇ ਆਪਣੀ ਆਸ਼ੀਸ਼ ਦੇਣੀ ਔਰ ਉਹਨਾਂ ਨੂੰ ਵੀ ਬਰਕਤ ਦੇਣਾ ਉਹਨਾਂ ਦੇ ਜੀਵਨ ਵਾਸਤੇ ਮੈਂ ਧੰਨਵਾਦ ਕਰਦੀ ਹਾਂ ਔਰ ਪਿਤਾ ਪਰਮੇਸ਼ਰ ਜੀ ਸੱਚਮੁੱਚ ਬਹੁਤ ਸਾਰੇ ਲੋਕਾਂ ਨੂੰ ਮਦਦ ਦੇ ਕਿ ਉਹ ਤੁਹਾਡੀ ਆਵਾਜ਼ ਸੁਣ ਕੇ ਇਸ ਬਚਨ ਨੂੰ ਸੁਣਨ ਵਿੱਚ ਕਾਲੇ ਹੋਣ ਔਰ ਯਿਸੂ ਮਸੀਹ ਦੇ ਅਸੀ ਨਾਮ ਦੇ ਵਿੱਚ ਇਹ ਮੰਗਦੇ ਤੇ ਪਾਉਣੇ ਆਮਨ 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 ਹਾਂਜੀ Praise the Lord ਆਮਨ ਹਾਂਜੀ ਆਪਾ ਇਹ ਕੁਰੀਫੇ ਇਕੱਠੇ ਬਹਿ ਕੇ ਬਾਈਬਲ ਸਟਡੀ ਕਰਦੇ ਹਾਂ ਜੇ ਤੁਹਾਨੂੰ ਪਿਛਲੇ ਹਫ਼ਤੇ ਦਾ ਚੇਤਾ ਹੋਇਆ ਤੇ ਆਪਾਂ ਇਹੀ ਦੇਖਦੇ ਸੀ ਹਾਰਡ ਕੁਐਸਚਨਸ ਜਿਹੜੇ ਕਈ ਵਾਰੀ ਔਖੇ ਸਮਝਦੇ ਸਵਾਲ ਹੁੰਦੇ ਆ ਉਹਦੇ ਬਾਰੇ ਆਪਾਂ ਦੇਖਦੇ ਆਏ ਆ ਪਿਛਲੇ ਹਫ਼ਤੇ ਆਪਾਂ ਦੇਖਿਆ ਸੀਗਾ ਜਹੂਨਾ ਦੇ ਵਿੱਚੋਂ ਜੋ ਕਹਿੰਦਾ ਜੇ ਤੁਸੀਂ ਆਪਣੇ ਭਰਾ ਨੂੰ ਪਾਪ ਕਰਦੇ ਦੇਖਦੇ ਆ ਤੇ ਤੁਸੀਂ ਉਹਦੇ ਵਾਸਤੇ ਮਾਫੀ ਮੰਗੂਗਾ ਮੈਂ ਦੇ ਦਊਗਾ ਪਰ ਉਸ ਵਾਸਤੇ ਜਿਹੜਾ ਇੱਕ ਪਾਪ ਹੈਗਾ ਇਹ ਕਹਿੰਦਾ ਜਿਹੜਾ ਮੌਤ ਨੂੰ ਲੈ ਕੇ ਜਾਂਦਾ ਹੈ ਜੇ ਉਹ ਪਾਪ ਨਹੀਂ ਹੈਗਾ ਤਾਂ ਫਿਰ ਆਪਾਂ ਪਿਛਲੇ ਹਫ਼ਤੇ ਬਹੁਤ ਬ੍ਰੇਕਡਾਊਨ ਕਰਕੇ ਦੇਖਿਆ ਸੀ ਪੂਰੀ ਬਾਈਬਲ ਸਟੱਡੀ ਕਰਕੇ ਦੇਖੀ ਸੀ ਉਹ ਤੋਂ ਤੋਂ ਨਹੀਂ ਦੇਖਿਆ ਸੀਗਾ ਤੇ ਆਪਾਂ ਸਮਝਿਆ ਸੀ ਵੀ ਉਹ ਉਹਦਾ ਕੀ ਮਤਵ ਵਾਲਾ ਸੋ ਉਹਦੇ ਉਸ ਮੈਸੇਜ ਥਾਰੀ ਆਪਾਂ ਹੁਣ ਮੁੜ ਕੇ ਨਹੀਂ ਜਾ ਸਕਦੇ ਹੈਗੇ ਪਰ ਉਹ ਰਿਕਾਰਡਡ ਹੈਗਾ ਆ ਤੁਸੀਂ ਫੇਸਬੁੱਕ ਤੇ ਦਾ YouTube ਤੇ ਜਾ ਕੇ ਦੇਖ ਸਕਦੇ ਆਂ ਜਦੋਂ ਮਾਜੀ ਦੇਖ ਸਕਦੇ ਆ ਸੋ ਇਹਦੇ ਵਿੱਚ ਫਿਰ ਜੇ ਤੁਹਾਨੂੰ ਨਹੀਂ ਪਤਾ ਹੈਗਾ ਉਹ ਕਿਹੜਾ ਪਾਪ ਹੈ ਜਿਹੜਾ ਸਾਨੂੰ ਨਰਕਾਂ ਨੂੰ ਲੈ ਕੇ ਜਾਂਦਾ ਜੇ ਤੋ ਅਸੀਂ ਤੋਬਾ ਨਹੀਂ ਕਰ ਸਕਦੇ ਹੈਗੇ ਉਹ ਪਿਛਲੇ ਹਫਤੇ ਦਾ ਤੁਸੀਂ ਮੁੜ ਕੇ ਫਿਰ ਐਗਜ਼ਾਮ ਕਰ ਸਕਦੇ ਆ ਤੇ ਜੇ ਕੋਈ ਤੁਹਾਨੂੰ ਸੁਆਲ ਸੂਲ ਪੁੱਛਦਾ ਉਹ ਵੀ ਉਹਦੇ ਵਿੱਚੋਂ ਦੇਖ ਸਕਦੇ ਆ ਤੇ ਬਾਈਬਲ ਦੇ ਵਰਸਿਸ ਚੈੱਕ ਕਰ ਸਕਦੇ ਆ ਆਪ ਸਟੱਡੀ ਕਰਕੇ ਕੱਲਾ ਜਗਦੀਸ਼ ਦਾ ਨਹੀਂ ਮੰਨਣਾ ਮੈਂ ਹਰੇਕ ਹਫਤੇ ਇਹੀ ਕਹਿਣਾ ਹੁਣਾ ਆਪ ਬਾਈਬਲ ਪੜ੍ਹ ਕੇ ਹੋਲੀ ਸਪੀਡ ਨੂੰ ਪੁੱਛਣਾ ਬਈ ਇੰਟਰਪ੍ਰੀਟੇਸ਼ਨ ਇਹਦਾ ਸਹੀ ਆ ਤੇ ਉਹ ਤੁਹਾਡੀ ਮਦਦ ਕਰੂਗਾ ਓਕੇ ਅਮਨ ਹਾਂ ਜੇ ਆਪਾਂ ਇਹ ਇਸ ਸਬਜੈਕਟ ਦੇ ਥੱਲੇ ਆ ਹਾਰਡ ਕੁਐਸਚਨਸ ਵੀ ਕਿਹੜੇ ਸਵਾਲ ਔਖੇ ਆਪਾਂ ਉਹਨਾਂ ਦੇ ਜਵਾਬ ਦਿੰਨੇ ਆ ਬਾਈਬਲ ਦੇ ਵਿੱਚੋਂ ਦਿੰਨੇ ਆ ਇਹ ਜਿਹੜੇ ਔਖੇ ਸਵਾਲ ਹੁੰਦੇ ਆ ਜਦੋਂ ਆਪਾਂ ਉਪਰੋਂ-ਪਰੋਂ ਦੇਖਦੇ ਆ ਇਹਨਾਂ ਦਾ ਜਿਹੜਾ ਅੰਸਰ ਹੁੰਦਾ ਹੋਰ ਤਰ੍ਹਾਂ ਲੱਗਦਾ ਹੁੰਦਾ ਪਰ ਜਦੋਂ ਅਸੀਂ ਸਟੱਡੀ ਕਰਕੇ ਦੇਖਦੇ ਆ ਉਹਦਾ ਜਵਾਬ ਹੋਰ ਨਿਕਲਦਾ ਹੈ ਇਸ ਕਰਕੇ ਆਪਾਂ ਨੂੰ ਸਟੱਡੀ ਕਰਨ ਦੀ ਜ਼ਰੂਰਤ ਹੁੰਦੀ ਹੈ ਸਟੱਡੀ ਵੀ ਆਪਾਂ ਬਾਹਰੋਂ ਕਿਸੇ ਦੀ ਕਿਤਾਬ ਉਹ ਨਹੀਂ ਕਰਦੇ ਹੈਗੇ ਜਾਂ ਕਿਸੇ ਦੀ ਸਲਾਹ ਤੋਂ ਨਹੀਂ ਕਰਦੇ ਹੈਗੇ ਜਾਂ ਕਿਸੇ ਬਹੁਤ ਪੜੇ ਲਿਖੇ ਦੀ ਆਪਾਂ ਸਮਝ ਤੋਂ ਨਹੀਂ ਕਰਦੇ ਹੈਗੇ ਆਪਾਂ ਬਾਈਬਲ ਦੇ ਵਿੱਚੋਂ ਕਰਦੇ ਆ ਬਾਈਬਲ ਬਾਈਬਲ ਨੂੰ ਐਕਸਪਲੇਨ ਕਰ ਦਿੰਦੀ ਆ ਆਮਨ ਜੇ ਅਸੀਂ ਸੱਚੀ ਬਾਈਬਲ ਦੇ ਜਵਾਬ ਬਾਈਬਲ ਦੇ ਵਿੱਚੋਂ ਢੋਲਦੇ ਆ ਅਸੀਂ ਸਕਸੈਸਫੁਲ ਹੋਣਾ ਸਾਡੇ ਕੋ ਸਹੀ ਜਵਾਬ ਲੱਭਣਾ ਤੇ ਜੇ ਅਸੀਂ ਬਾਰੋਂ ਕਿਤੇ ਉਹ ਦੇਖਦੇ ਆ ਫਿਰ ਮੈਂ ਕਹਿੰਦਾ ਨਹੀਂ ਹਰ ਇੱਕ ਵਾਰੀ ਗਲਤ ਹੋਣਾ ਪਰ ਕਦੇ ਕਦੇ ਉਹ ਗਲਤ ਹੋ ਸਕਦਾ ਆ ਇਸ ਕਰਕੇ ਸਾਨੂੰ ਬਾਈਬਲ ਦੇ ਵਿੱਚ ਰਹਿਣ ਦੀ ਜਰੂਰਤ ਆ ਬਾਈਬਲ ਦੇ ਵਿੱਚੋਂ ਸੱਚੀ ਬਾਈਬਲ ਦੇ ਵਿੱਚ ਅਨਸਰਸ ਲਾਪੈਂਦੇ ਆ ਤੇ ਅਸੀਂ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਤੇ ਆਪਾਂ ਫਿਰ ਉਹਨਾਂ ਦਾ ਨਿਸ਼ੋੜ ਕੱਢ ਕੇ ਫਿਰ ਸਾਨੂੰ ਪਤਾ ਲੱਗਣਾ ਪੈਂਦਾ ਹੈ ਕਿ ਸਹੀ ਮਤਲਬ ਕੀ ਆ ਕਿਉਂਕਿ ਜਿੱਦਾਂ ਮੈਂ ਕਹਿ ਕੇ ਜਿਹੜਾ ਕਈ ਵਾਰੀ ਜਿਹੜਾ ਉੱਤੋਂ ਹੀ ਹੁੰਦਾ ਆ ਉਹ ਦੇਖਣ ਨੂੰ ਹੋਰ ਤਰ੍ਹਾਂ ਲੱਗਦਾ ਹੁੰਦਾ ਪਰ ਜਦੋਂ ਸਟੱਡੀ ਕਰਕੇ ਦੇਖਦੇ ਆ ਤੇ ਉਹਦਾ ਮਤ ਲਾਹੌਰ ਹੁੰਦਾ ਆਮੇਨ ਬੀ ਪ੍ਰੇਜ਼ ਲਾਰਡ ਸੋ ਅੱਜ ਦਾ ਜੋ ਆਪਾਂ ਦੇਖਣ ਲੱਗੇ ਆ ਇਸ ਕੋਲ ਦ ਵੂਮਨ ਕੁਐਸਚਨ ਹੋਰ ਤੰਦਾ ਜਾ ਭੈਣਾਂ ਦਾ ਕੁਐਸਚਨ ਆ ਉਹਦਾ ਕੀ ਕੁਐਸਚਨ ਆ ਬਈ ਉਹਨਾਂ ਦਾ ਕੀ ਰੋਲ ਆ ਚਰਚ ਵਿੱਚ ਕੀ ਰੋਲ ਆ ਲਾਈਫ ਦੇ ਵਿੱਚ ਕੀ ਰੋਲ ਆ ਤੇ ਮਜਬਦ ਵਿੱਚ ਕੀ ਰੋਲ ਆ ਇਹਦੇ ਬਾਰੇ ਆਪਾਂ ਸਿੱਖਣਾ ਹੈ ਤੇ ਆਪਾਂ ਬਹੁਤ ਡੂੰਗਾ ਸਿੱਖਣਾ ਹੈ ਉਤੋਂ ਤੋਂ ਨਹੀਂ ਦੇਖਣਾ ਹੈਗਾ ਜੇ ਉਪਰੋਂ ਉਪਰੋਂ ਦੇਖਿਆ ਆਪਾਂ ਜਿੱਦ ਅੱਗੇ ਆਪਾਂ ਰੋਂਗ ਜਵਾਬ ਲੈ ਲਿਆ ਸੀ ਅਸੀਂ ਫੇਰ ਰੋਂਗ ਲੈ ਸਕਦੇ ਆ ਓਕੇ ਸੋ ਆਪਾਂ ਪਹਿਲਾਂ ਦੁਨੀਆ ਦੇ ਵੱਲ ਦੇਖਦੇ ਆਂ ਵੀ ਦੁਨੀਆ ਕੀ ਕਹਿੰਦੀ ਆ ਅ ਕਈ ਤਾਂ ਕਹਿੰਦੇ ਜੀ ਜਿਹੜੀ ਲੇਡੀਜ਼ ਆ ਪਹਿਣਾ ਆ ਉਹਨਾਂ ਦੇ ਕੋ ਕੋਈ ਸੇ ਨਹੀਂ ਚਾਹੀਦੀ ਹੈਗੀ ਕਈਆਂ ਮੌਲਕਾਂ ਦੇ ਵਿੱਚ ਥੱਲੇ ਉਹ ਵੋਟ ਵੀ ਨਹੀਂ ਪਾ ਸਕਦੇ ਹੈਗਿਆ ਕਈਆਂ ਮੌਲਕਾਂ ਦੇ ਵਿੱਚ ਉਹ ਟੌਨ ਨੂੰ ਕਾਰ ਦੇ ਵਿੱਚ ਨਹੀਂ ਜਾ ਸਕਦੀਆਂ ਡਰਾਈਵ ਕਰਕੇ ਨਹੀਂ ਜਾ ਸਕਦੀ ਹੈਗਿਆ ਉਹਨਾਂ ਦੇ ਨਾਲ ਕੋਈ ਆਦਮੀ ਚਾਹੀਦਾ ਆ ਕਿ ਕਈਆਂ ਮੌਲਕਾਂ ਦੇ ਵਿੱਚ ਉਹ ਉਹਨੂੰ ਬਹੁਤ ਨੀਮਾ ਸਮਝਦੇ ਆ ਪੈਰਾਂ ਥੱਲੇ ਰੱਖਣਾ ਚਾਹੁੰਦੇ ਆ ਕਿ ਇੱਕ ਟਾਈਮ ਦੇ ਵਿੱਚ ਇਦਾਂ ਵੀ ਸੀਗਾ ਕਈਆਂ ਮੌਲਕਾਂ ਦੇ ਵਿੱਚ ਜਦੋਂ ਆਦਮੀ ਮਰ ਜਾਂਦਾ ਸੀ ਤੇ ਨਾਲ ਉਹ ਲੇਡੀਜ਼ ਨੂੰ ਵੀ ਜੀਂਦਿਆਂ ਨੂੰ ਜਲਣਾ ਚਾਹਦੇ ਸੀ ਓਕੇ ਸੋ ਬਹੁਤ ਕਰਾਉਟ ਰਾਬਾਤਿਆ ਗਿਆ ਹੈ ਓਕੇ ਤੇ ਹੱਲੇ ਵੀ ਕਈ ਇਹ ਹੈਗੇ ਆ ਤੇ ਕਈ ਉਹ ਹੋਰ ਦੂਸਰੇ ਤਰ੍ਹਾਂ ਜਿਹੜਾ ਵੈਸਟਰਨ ਆਪਾਂ ਦੁਨੀਆ ਦੇ ਵਿੱਚ ਆ ਜੰਨੇ ਆ ਤੇ ਉੱਥੇ ਲੇਡੀਜ਼ ਨੂੰ ਜ਼ਿਆਦਾ ਚੱਕਿਆ ਗਿਆ ਹੈ ਓਕੇ ਸੋ ਆਪਾਂ ਬੈਲੈਂਸ ਦੇਖਣਾ ਹੈ ਓਕੇ ਬਾਈਬਲ ਕਿੱਥੇ ਕਹਿੰਦੀ ਹੈ ਕਿ ਜੇਸੀ ਬਾਈਬਲ ਦੇ ਤੌਰ ਹੈ ਅਸੀਂ ਗਲਤ ਨਹੀਂ ਹੋਣਾ ਹੈਗਾ ਅਸੀਂ ਸਹੀ ਹੋਣਾ ਹੈ ਕਈ ਵਾਰੀ ਅਸੀਂ ਬਾਈਬਲ ਤੋਂ ਗਹਾਂ ਲੰਘ ਜਾਨਾ ਕਈ ਵਾਰੀ ਅਸੀਂ ਬਾਈਬਲ ਤੋਂ ਪਿੱਛੇ ਹੋਣਾ ਹੈ ਓਕੇ ਪਰ ਜੇ ਅਸੀਂ ਸਹੀ ਰਹੇ ਗੱਬੇ ਰਹੇ ਤੇ ਅਸੀਂ ਹਰ ਵੇਲੇ ਬਾਈਬਲ ਦੇ ਨਾਲ ਸਹੀ ਹੋਣਾ ਹੈ ਫਿਰ ਲੌਂਗ ਟਰਮ ਦੇ ਵਿੱਚ ਸਾਡੀ ਕੋ ਜਵਾਬ ਸਹੀ ਹੋਣਾ ਹੈ ਓਕੇ ਬਿਸ਼ੱਕ ਦੀ ਅਸੀਂ ਅੱਜ ਦੇਖਦੇ ਅਬਸ਼ੱਕੀ 100 ਸਾਲ ਨੂੰ ਦੇਖਦੇ ਜਾਂ 1000 ਸਾਲ ਨੂੰ ਦੇਖਦੇ ਆ ਦੁਨੀਆ ਜਿੰਨੀ ਮਰਜੀ ਬਦਲ ਜਵੇ ਜਵਾਬ ਫੇ ਵੀ ਸਹੀ ਹੋਣਾ ਹੈ ਠੀਕ ਗੇੜਾ ਕੱਢ ਕੇ ਦੁਨੀਆ ਦੇ ਉੱਤੇ ਜਿਹੜੇ ਲੋਕ ਆ ਉਹ ਨਹੀਂ ਮੁੜ ਕੇ ਫੇ ਉਸ ਜਵਾਬ ਤੇ ਆ ਜਾਣਾ ਕਰਕੇ ਸਹੀ ਉਦਈ ਚੱਲਦੀ ਹੈ ਚੀਜ਼ ਜਿੱਦਾਂ ਪਰਮੇਸ਼ਰ ਨੇ ਲਿਖੀ ਹੋਇਆ ਇਸ ਕਰਕੇ ਆਪਾਂ ਨੂੰ ਟਾਈਮ ਬਾਈਬਲ ਦੇ ਵਿੱਚ ਦੇਣਾ ਚਾਹੀਦਾ ਰੋਜ਼ ਬਾਈਬਲ ਪੜ੍ਹਨੀ ਟਾਈਮ ਸਪੈਂਡ ਕਰਨਾ ਇਹ ਤੋਂ ਵੀ ਵਧੀਆ ਸਟੱਡੀ ਕਰਨੀ ਦੇਖਣਾ ਵੀ ਬਾਈਬਲ ਸਾਡੇ ਅਸੀਂ ਜੀਵਨ ਦੇ ਵਿੱਚ ਕਿੱਦਾਂ ਪਾ ਸਕਦੇ ਆ ਅਸੀਂ ਕਿੱਦਾਂ ਇਹਨੂੰ ਵਰਤ ਸਕਦੇ ਆ ਆਮਨ ਹੇਲੂਇਆ ਸੋ ਆਪਾਂ ਪਹਿਲਾਂ ਤੋਂ ਸ਼ੁਰੂ ਕਰਦੇ ਆ ਮੈਂ ਕਈ ਵਾਰੀ ਇਹ ਸ਼ੁਰੂ ਕੀਤਾ ਪਰ ਹੁਣ ਆਪਾਂ ਹੋਰ ਐਂਗਲ ਤੋਂ ਕਰ ਰਹੇ ਹੋਰ ਚੀਜ਼ਾਂ ਨੂੰ ਦੇਖ ਰਹੇ ਆ ਇਸ ਆਪਾਂ ਹੁਣ ਭੈਣਾਂ ਦੀ ਜਾਨ ਔਰਤਾਂ ਦੇ ਜੀਵਨ ਬਲੋਂ ਦੇਖ ਸਕਦੇ ਉਹਦੇ ਵਿੱਚ ਉਹਦੇ ਬਾਰੇ ਬਾਈਬਲ ਸਾਨੂੰ ਕੀ ਦੱਸਦੀ ਹੈ ਸੋ ਉੱਥੋਂ ਆਪਾਂ ਹੁਣ ਸਟਡੀ ਕਰਦੇ ਆ ਕਰਕੇ ਸੇਮ ਵਰਸਸ ਸੇਮ ਆਇਤਾ ਦੇ ਵਿੱਚੋਂ ਅਸੀਂ ਡਿਫਰੈਂਟ ਡਿਫਰੈਂਟ ਚੀਜ਼ਾਂ ਸਿੱਖ ਸਕਦੇ ਆ ਤੇ ਇੱਕ ਆਇਤ ਦੇ ਵਿੱਚੋਂ ਹੋ ਸਕਦਾ ਸੀ 10 ਸਬਜੈਕਟ ਜਾਂ 20 ਜਿਆਦਾ ਸਬਜੈਕਟ ਉਹਦੇ ਵਿੱਚੋਂ ਦੇਖ ਸਕਦੇ ਆ ਸੋ ਇਥੋਂ ਆਪਾਂ ਜੈਨਸਿਸ ਦੀ ਕਿਤਾਬ ਉਹਦਾ ਪਹਿਲਾ ਚੈਪਟਰ ਜੈਨਸਿਸ ਚੈਪਟਰ 1 ਵਰਸ 26 27 ਐਂਡ 28 ਸੁੰਦਰ ਆਪਣੇ ਵਾਸਤੇ ਪੰਜਾਬੀ ਵਿੱਚ ਪੜ੍ਹੂਗੀ ਤਾਂ ਫਿਰ ਆਪਾਂ ਥੋੜੀ ਜਿਆਦਾ ਇੰਨਾ ਖਿਆਲ ਕਰਾਂਗੇ ਹਾਂਜੀ ਉਤਪਤ ਹੈ ਉਪਤ ਉਹਦਾ ਪਹਿਲਾ ਚੈਪਟਰ 26 27 ਤੇ 28 ਆਇਤ ਮੈਂ ਪੜਨ ਲੱਗੀ ਤਾਂ ਪਰਮੇਸ਼ੁਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੇਆਂ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ ਸਭ ਉਸ ਸਾਰੀ ਧਰਤੀ ਦੇ ਉੱਤੇ ਅਤੇ ਧਰਤੀ ਪਰ ਸਾਰੇ ਕਿਸ਼ਨ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ਰ ਨੇ ਪਰਮੇਸ਼ਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ ਨਰ ਨਾਰੀ ਉਸ ਨੇ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਰ ਨੇ ਉਹਨਾਂ ਨੂੰ ਅਸੀਸ ਦਿੱਤੀ। ਅਤੇ ਪਰਮੇਸ਼ਰ ਨੇ ਉਹਨਾਂ ਨੂੰ ਆਖਿਆ ਕਿ ਫਲੋ ਔਰ ਬਦੋ ਅਤੇ ਧਰਤੀ ਨੂੰ ਭਰ ਦਿਓ ਅਤੇ ਉਹਨੇ ਆਪਣੇ ਵਸ ਵਿੱਚ ਅਤੇ ਉਹਨੂੰ ਆਪਣੇ ਵਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਔਰ ਆਕਾਸ਼ ਦੇ ਪੰਛੀਆਂ ਉੱਤੇ ਔਰ ਸਾਰੇ ਧਰਤੀ ਉੱਪਰ ਕਿਸਨ ਵਾਲੀਆਂ ਜੀਆਂ ਉੱਤੇ ਰਾਜ ਕਰੋ ਠੀਕ ਆ ਹਾਂਜੀ ਅਮਨ ਇਹ ਚੀਜ਼ਾਂ ਉਹ ਪਾ ਦੇਖਦੇ ਆ ਕਹਿੰਦੇ ਲੈਟ ਅਸ ਬੇਕ ਮੈਨ ਓਕੇ ਉਹ ਟਿਕਾਣਾ ਮੀ ਦੀ ਗੱਲ ਨਹੀਂ ਕਰਦਾ ਸੀ ਮੈਨ ਕਾਈਂਡ ਦੀ ਗੱਲ ਕਰਦਾ ਸੀ ਓਕੇ ਸੋ ਇਥੇ ਫਿਰ ਉਹ ਗਾਂ ਜਾ ਕੇ ਐਕਸਪਲੇਨ ਵੀ ਕਰਦਾ ਹੈ ਮੈਨ ਐਂਡ ਅ ਵੂਮਨ ਓਕੇ ਸੋ ਇਥੇ ਉਹ ਪਹਿਲਾ ਹੀ ਹਿਸਲਾ ਕੀਤੀ ਦੋਹਾਂ ਨੂੰ ਬਣਾਏਗੇ ਪਰ ਪਰਮੇਸ਼ਰ ਦੋਹਾਂ ਨੂੰ ਇਕੱਠੇ ਨਹੀਂ ਬਣਾਇਆ ਹੈਗਾ ਕਿ ਸੋ ਆਪਾਂ ਦੇਖਦੇ ਹਾਂ ਕਾਤੇ ਕਿਉਂਕਿ ਹਰ ਇੱਕ ਚੀਜ਼ ਦਾ ਪਰਮੇਸ਼ਰ ਦੇ ਕੋ ਰੀਜ਼ਨ ਹੁੰਦਾ ਹੈ ਉਹਦਾ ਪਲਾਨ ਇਹੀ ਸੀਗਾ ਦੋਹਾਂ ਨੂੰ ਬਣਾਉਣਾ ਹੈ ਪਰ ਦੋਹਾਂ ਨੂੰ ਇਕੱਠੇ ਨਹੀਂ ਬਣਾਇਆ ਨੇ ਉਹ ਕਰਕਿਉ ਦਾ ਪਲੈਨ ਸੀਗਾ ਉਹ ਕੋਸ਼ ਆਦਮੀ ਨੂੰ ਦਿਖਾਲਣਾ ਚਾਹੁੰਦਾ ਸੀ ਤੇ ਜਿਹਦੇ ਵਿੱਚ ਸਾਨੂੰ ਸਮਝਣ ਦੀ ਜਰੂਰਤ ਆ ਸੋ ਇਥੇ ਆਪਾਂ ਦੇਖਦੇ ਹਾਂ ਉਹਨੇ ਆਦਮੀ ਨੂੰ ਬਣਾਇਆ ਤੇ ਚਾਹੁੰਦਾ ਆ ਤੇ ਉਹ ਚਾਹੁੰਦਾ ਫਿਰ ਰਾਜ ਕਰਨ ਧਰਤੀ ਦੇ ਉੱਤੇ ਦੋਏ ਜਣੇ ਇੱਕ ਆਦਮੀ ਨਹੀਂ ਨਾਲੇ ਭੈਣ ਨਾਲੇ ਵੀ ਔਰਤ ਵੀ ਦੋਏ ਇਕੱਠੇ ਕਰਨਗੇ ਓਕੇ ਫਿਰ ਜੈਨੇਸਿਸ ਦੀ ਆਪਾਂ ਦੂਸਰੇ ਚੈਪਟਰ ਦੇ ਵਿੱਚ 7ਵੇਂ ਅੱਜ ਤੇ ਦੱਸਦਾ ਆ ਆਦਮੀ ਬਣਾਇਆ ਕਿੱਦਾਂ ਸੀਗਾ 7ਵੇਂ ਹਾਂਜੀ 27 ਹਾਂਜੀ ਉਤਪਦ ਉਤਪਦ ਦੇ ਵਿੱਚ ਆਪਾਂ ਜਨਸੀਸ ਦੇ ਵਿੱਚ ਦੂਸਰਾ ਚੈਪਟਰ 7ਵੀਂ ਆਇਆ ਹੈ ਤੇ ਜਹਵਾ ਪਰਮੇਸ਼ੁਰ ਨੇ ਆਦਮੀ ਨੂੰ ਜ਼ਮੀਨ ਦੀ ਮਿੱਟੀ ਤੋਂ ਰਚਿਆ ਅਤੇ ਉਸ ਦੀਆਂ ਨਾਸਾਂ ਦੇ ਵਿੱਚ ਜੀਵਨ ਦਾ ਸਾਹ ਫੁਕਿਆ ਸੋ ਆਦਮੀ ਜਿਉਲੀ ਜਾਨ ਹੋ ਗਿਆ ਆਮੇ ਆਦਮੀ ਨੂੰ ਮਿੱਟੀ ਵਿੱਚੋਂ ਬਣਾ ਕੇ ਫਿਰ ਉਹਦੇ ਅੰਦਰ ਫੂਕ ਭਰ ਦਿੰਦੀ ਜੀਵਨ ਦਾ ਆਤਮਾ ਉਹਦੇ ਅੰਦਰ ਭਰ ਦਿੰਦਾ ਆਮੇ ਤੇ ਉਹ ਜਿੰਦਾ ਹੋ ਗਿਆ ਤੇ 8 ਆਪਾਂ ਦੇਖਦੇ ਆਂ ਵੀ ਪਰਮੇਸ਼ਰ ਨੇ ਮਿੱਟੀ ਤੋਂ ਜਿੰਨੀਆਂ ਵੀ ਚੀਜ਼ਾਂ ਉਹਨੇ ਬਣਾਈਆਂ ਸੀ ਪੰਛੀ ਦੇਖ ਦਿਓ ਆਪਾਂ ਪੜ੍ਹ ਕੇ ਦੇਖਣਾ ਆ ਉਹ ਸਾਰੇ ਮਿੱਟੀ ਤੋਂ ਬਣਾਏ ਸੀ ਓਕੇ ਸੋ ਇਥੋਂ ਆਪਾਂ ਦੇਖਦੇ ਆਂ 18 ਆਇਤ ਦੇ ਵਿੱਚੋਂ ਹਾਂਜੀ 2 18 ਜੈਨੇਸਿਸ 2 18 ਹਾਂਜੀ ਉੱਤਪਾਦ 2 18 ਵਿੱਚ ਲਿਖਿਆ ਫਿਰ ਜਹਵਾ ਪਰਮੇਸ਼ਰ ਨੇ ਆਖਿਆ ਭਈ ਚੰਗਾ ਨਹੀਂ ਕਿ ਆਦਮੀ ਇਕੱਲਾ ਰਹੇ ਸੋ ਮੈਂ ਉਹਦੇ ਲਈ ਉਹਦੇ ਵਾਂਗ ਇੱਕ ਸਹਾਇਕਣ ਬਣਾਵਾਂਗਾ ਓਕੇ ਸੋ ਪਲਾਨ ਹੈਗਾ ਪਰਮੇਸ਼ੁਰ ਦੇ ਕੋ ਉਹ ਕਹਿੰਦਾ ਜੰਗਾਂ ਦੀ ਆਦਮੀ ਇਕੱਲਾ ਹੋਵੇ ਮੈਂ ਉਹਦੇ ਅਰਗਾ ਇੱਕ ਬਣਾਉਂਗਾ ਓਕੇ ਪਰ ਉਹਦੋਂ ਪਹਿਲਾਂ ਉਹ ਇੱਥੇ ਦੱਸਦਾ ਜਿੰਨੇ ਵੀ ਉਹ ਪੰਛੀ ਬਣਾਏ ਆ ਜਿੰਨੀਆਂ ਵੀ ਉਹ ਚੀਜ਼ਾਂ ਬਣਾਈਆਂ ਉਹ ਆਦਮ ਦੇ ਕੋਲ ਲੈ ਕੇ ਆਉਂਦਾ ਆ ਤੇ ਉਹਦੇ ਬਾਰੇ ਆਪਾਂ 19 ਤੋਂ 20 ਅੱਜ ਦੇ ਵਿੱਚ ਪੜ੍ਹਨੇ ਆ ਹਾਂਜੀ ਚੈਪਟਰ 1 ਵਾਸ ਚੈਪਟਰ 2 ਤੇ 19 ਤੇ 20 19920 ਜਹਵਾ ਪਰਮੇਸ਼ਰ ਨੇ ਮਿੱਟੀ ਤੋਂ ਜੰਗਲ ਦੇ ਹਰ ਇੱਕ ਜਾਨਵਰ ਨੂੰ ਅਤੇ ਆਕਾਸ਼ ਦੇ ਹਰ ਇੱਕ ਪੰਛੀ ਨੂੰ ਰਚਿਆ ਅਤੇ ਆਦਮੀ ਕੋਲ ਲੈ ਆਇਆ ਤਾਂ ਜੋ ਵੇਖੇ ਕਿ ਉਹ ਕਿਵੇਂ ਉਹਨਾਂ ਨੂੰ ਸੱਦੂਗਾ ਅਤੇ ਜੋ ਕੁਝ ਆਦਮੀ ਨੇ ਉਸ ਜੀਵ ਦੇ ਪ੍ਰਾਣੀ ਨੂੰ ਸੱਧਿਆ ਸੋ ਉਹਦਾ ਨਾਮ ਹੋ ਗਿਆ। ਇਉਂ ਆਦਮੀ ਨੇ ਸਾਰੇ ਡੰਗੜਾ ਨੂੰ ਔਰ ਆਕਾਸ਼ ਦੇ ਪੰਛੀਆਂ ਨੂੰ ਔਰ ਜੰਗਲ ਦੇ ਸਾਰੇ ਜਾਨਵਰਾਂ ਨੂੰ ਨਾਂ ਦਿੱਤੇ ਪਰ ਆਦਮੀ ਲਈ ਅਜੇ ਕੋਈ ਸਹਾਇਕ ਉਹਦੇ ਵਰਗਾ ਨਾ ਸਹਾਇਕਣ ਉਹਦੇ ਵਰਗੀ ਨਾ ਮਿਲੀ ਆਮਨ ਸੋ ਇਥੇ ਆਪਾਂ ਦੇਖਦੇ ਆ ਸਭ ਕੁਝ ਬਣਾ ਦਿੱਤਾ ਬੜਾਇਆ ਵੀ ਸਭ ਕੁਝ ਮਿੱਟੀ ਦੇ ਵਿੱਚੋਂ ਆ ਓਕੇ ਐਡਮ ਦੇ ਕੋਲ ਲੈ ਕੇ ਆਂਦਾ ਐਡਮ ਨੇ ਉਹਨਾਂ ਦੇ ਨਾਂ ਰੱਖੇ ਫਿਰ ਆਪਾਂ ਨੂੰ ਹੁਣ ਪਤਾ ਨਹੀਂ ਕਿੰਨਾ ਟਾਈਮ ਲੰਘ ਗਿਆ ਕਿ ਹੋ ਸਕਦਾ ਸਾਲ ਹੋਵੇ ਹੋ ਸਕਦਾ 2 ਸਾਲ ਹੋਵੇ 10 ਹਜ਼ਾਰ ਹੋਵੇ 20 ਹਜ਼ਾਰ ਹੋਵੇ 100 ਸਾਲ 200 ਸਾਲ ਵੀ ਹੋ ਸਕਦਾ ਓਕੇ ਬਹੁਤ ਟਾਈਮ ਲੰਘ ਗਿਆ ਜ ਪਰ ਉਹਦਾ ਬਾਈਬਲ ਵੀ ਤੇ ਆਪਾਂ ਦੱਸਤੀ ਐਡਮ ਫੋਰ ਐਡਮ देयर वाज नॉट फाउंड ਅ ਹੈਲਪਰ ਕੰਪੇਬਲ ਟੂ ਹਿਮ ਓਕੇ ਉਹਨੂੰ ਕੋਈ ਹੈਲਪ ਕਰਨ ਵਾਲਾ ਹੈ ਨਹੀਂ ਸੀਗਾ ਉਹ ਕੋ ਪੰਛੀ ਵੀ ਸੀਗੇ ਉਹ ਕੋ ਪਸ਼ੂ ਵੀ ਸੀਗੇ ਉਹ ਕੋ ਭਿਸਣ ਬੜੀਆਂ ਚੀਜ਼ਾਂ ਵੀ ਸੀਗੀਆਂ ਬਹੁਤ ਸਭ ਕੁਝ ਸੀਗਾ ਉਹਦੇ ਕੋ ਪਰ ਉਹ ਖੁਸ਼ ਨਹੀਂ ਹੈਗਾ ਉਹਨੂੰ ਇੱਕ ਸਾਥੀ ਚਾਹੀਦਾ ਆ ਜਿਹੜਾ ਉਹਦੇ ਵਰਗਾ ਹੋਵੇ ਓਕੇ ਇਹ ਹੀ ਪਰਮੇਸ਼ਰ ਨੂੰ ਦਿਖਾਣਾ ਚਾਹਦਾ ਸੀ ਸਾਰੇ ਪੰਛੀ ਸਭ ਕੁਝ ਲੈ ਆਂਦਾ ਆ ਕੁੱਤੇ ਬਿੱਲੀਆਂ ਸਭ ਕੁਝ ਉੱਥੇ ਕੋ ਸ਼ੇਰ ਸਭ ਕੁਝ ਉੱਥੇ ਹੋਊਗਾ ਪਰ ਕੋਈ ਵੀ ਉਹਦਾ ਇੰਨਾ ক্লোਜ਼ ਨਹੀਂ ਹੋ ਸਕਿਆ ਹੈਗਾ ਜਿੱਦਾਂ ਉਹਦੀ ਫਰੈਂਡਸ਼ਿਪ ਉਹਨਾਂ ਪਾ ਸਕੇ ਓਕੇ ਸੋ ਪਰਮੇਸ਼ਰ ਨੂੰ ਦਿਖਾ ਲਿਆ ਬਈ ਤੈਨੂੰ ਇੱਕ ਸਾ ਇੱਕ ਸਾਥੀ ਦੀ ਲੋੜ ਆ ਜਦੋਂ ਉਹਨੂੰ ਸਮਝ ਲੱਗ ਜਾਂਦੀ ਹੈ ਫਿਰ ਉਸ ਤੋਂ ਬਾਅਦ ਉਹ ਬਣਾਉਂਦਾ ਹੈ ਓਕੇ ਤੇ ਕਿੱਦਾਂ ਬਣਾਉਂਦਾ ਆਪਾਂ ਜੈਨੇਸਿਸ ਕਿਤਾ ਜੈਨੇਸਿਸ ਚੈਪਟਰ 2 ਵਰਸ 21 ਐਂਡ 22 ਹਾਂਜੀ ਉਤਪਤੀ ਕਿਤਾਬ ਦੂਸਰਾ ਚੈਪਟਰ 21 ਤੇ 22 ਆਇਤ ਤਾਂ ਜਹਵਾ ਪਰਮੇਸ਼ ਨੇ ਆਦਮੀ ਤੇ ਗੂੜੀ ਨੀਂਦ ਭੇਜੀ ਸੋ ਸੌਂ ਗਿਆ ਅਤੇ ਉਸ ਨੇ ਉਹਦੀਆਂ ਉਹਦੀਆਂ ਪਸਲੀਆਂ ਵਿੱਚੋਂ ਇੱਕ ਕੱਢ ਲਈ ਅਤੇ ਉਹਦੀ ਥਾਂ ਮਾਸ ਭਰ ਦਿੱਤਾ ਤਾਂ ਜਹਾਵਾ ਪਰਮੇਸ਼ਰ ਨੇ ਉਸ ਪਸਲੀ ਤੋਂ ਜਿਹੜੀ ਉਸਨੇ ਆਦਮੀ ਵਿੱਚੋਂ ਕੱਢੀ ਇੱਕ ਨਾਰੀ ਬਣਾਈ ਅਤੇ ਉਹਨੂੰ ਆਦਮੀ ਕੋਲ ਲੈ ਆਇਆ। ਆਮਨ। ਇੱਥੇ ਇੱਕ ਔਰਤ ਸੀ ਜਿਹੜੀ ਮਿੱਟੀ ਤੋਂ ਨਹੀਂ ਬਣਾਈ ਹੈਗੀ। ਓਕੇ। ਉਹੋ ਪਰਮੇਸ਼ਰ ਨੇ ਆਦਮੀ ਦੀ ਪਸਲੀ ਕੱਢ ਕੇ ਉਹ ਤੋਂ ਬਣਾਈ ਆ। ਓਕੇ। ਸੋ ਜਿੰਨੀਆਂ ਵੀ ਧਰਤੀ ਤੇ ਚੀਜ਼ਾਂ ਆਪਾਂ ਦੀਆਂ ਸਾਰੀਆਂ ਮਿੱਟੀ ਤੋਂ ਬਣੀਆਂ ਆ। ਹੂੰ। ਇੱਕ ਔਰਤ ਸੀ ਜਿਹੜੀ ਮਿੱਟੀ ਤੋਂ ਨਹੀਂ ਬਣਾਈ ਗਈ ਉਹ ਪਰਮੇਸ਼ਰ ਨੇ ਆਦਮੀ ਦੇ ਵਿੱਚੋਂ ਕੱਢੀ ਆ। ਹੂੰ। ਓਕੇ। ਸੋ ਬਹੁਤ ਇੰਪੋਰਟੈਂਟ ਬਹੁਤ ਖਾਸ ਆ। ਸੋ ਆ ਆਦਮੀ ਵੀ ਇਦਾਂ ਹੀ ਦੇਖਦਾ ਆ। ਓਕੇ। ਪਹਿਲਾ ਆਪਰੇਸ਼ਨ ਵੀ ਪਰਮੇਸ਼ਰ ਨੇ ਕੀਤਾ ਸੀ। ਤੇ ਇੱਥੇ ਆਪਾਂ ਦੇਖਦੇ ਆ ਆਦਮ ਉਹਦੇ ਬਾਰੇ ਕੀ ਕਹਿ ਰਿਹਾ ਆ? ਜੈਨੇਸਿਸ ਚੈਪਟਰ 2 ਵੇਸ 23। ਹਾਂਜੀ 2 ਦਾ 23। ਤਾਂ ਆਦਮੀ ਨੇ ਆਖਿਆ ਕਿ ਇਹ ਹੁਣ ਮੇਰੀਆਂ ਹੱਡੀਆਂ ਵਿੱਚੋਂ ਹੱਡੀ ਹੈ ਔਰ ਮੇਰੇ ਮਾਸ ਵਿੱਚੋਂ ਮਾਸ ਹੈ ਸੋ ਇਹ ਇਸ ਕਾਰਨ ਨਾਰੀ ਅਖਵਾਏਗੀ ਜੋ ਇਹ ਨਾਰ ਵਿੱਚੋਂ ਕੱਢੀ ਗਈ ਹੈ ਚੋਲ ਬੰਨੇ ਅੱਜ ਵਾਰ ਕੇ ਬਈ ਇੱਥੋਂ ਆਪਾਂ ਦੇਖਦੇ ਹਾਂ ਬਈ ਜਦੋਂ ਉਹ ਬਣਾਈ ਗਈ ਆ ਹੁਣ ਉਹ ਦੇਖਦਾ ਮੇਰੇ ਮਾਸ ਦੇ ਵਿੱਚੋਂ ਮਾਸ ਆ ਮੇਰੇ ਹੱਡੀਆਂ ਦੇ ਵਿੱਚੋਂ ਹੱਡੀਆਂ ਆ ਹੋਣ ਦਾ ਗੂੜਾ ਪਿਆਰ ਉਸ ਚੀਜ਼ ਦੇ ਨਾਲ ਪੈ ਜਾਂਦਾ ਹੁਣ ਉਹ ਕਹਿੰਦਾ ਵੀ ਉਹ 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 ਦਾ ਸਾਥੀ ਬਣ ਸਕਦੀ ਉਹਦੇ ਨਾਲ ਰਹਿ ਸਕਦੀ ਹੈ ਕਈ ਵਾਰੀ ਆਪਾਂ ਵੀ ਦੇਖਿਆ ਜਦੋਂ ਆਪਣੇ ਬੱਚੇ ਜਨਮ ਲੇ ਇੱਕ ਸਪੈਸ਼ਲ ਬੌਂਡਨ ਹੋ ਜਾਂਦਾ ਇੱਕ ਸਪੈਸ਼ਲ ਜੋੜ ਹੋ ਜਾਂਦਾ ਆ ਕਿਉਂਕਿ ਉਹ ਆਪਣਾ ਹੁੰਦਾ ਏ ਇਦਾਂ ਹੀ ਇਥੇ ਆਦਮ ਦੇ ਨਾਲ ਹੋਇਆ ਸੋ ਪ੍ਰਮੇਸ਼ਵਰ ਇਸ ਦਾ ਸੱਚ ਉਹਦਾ ਕਿੰਨਾ ਖਾਸ ਆ ਹੋ ਓਕੇ ਸੋ ਇਥੇ ਇੱਕ ਮੈਂ ਪੁਆਇੰਟ ਦਾ ਇੱਕ ਲੈਣਾ ਹੁੰਦਾ ਜਿਹੜੀ ਆਪਾਂ ਨੂੰ ਬਹੁਤ ਖਾਸ ਆ ਪਰਮੇਸ਼ਨ ਇਹ ਸਮਝਣਾ ਜੇ ਅਸੀਂ ਆਹ ਸਮਝ ਗਏ ਤੇ ਅਸੀਂ ਔਰਤ ਦਾ ਜਾਂ ਭੈਣ ਦਾ ਭੈਣਾ ਦਾ ਜਾਂ ਜਿਹੜੀਆਂ ਔਮਨ ਉਹਨਾਂ ਦਾ ਆਪਾਂ ਸਮਝਣਾ ਉਹਨਾਂ ਦਾ ਪੋਜੀਸ਼ਨ ਕੀ ਆ ਕਿੱਥੇ ਆ ਉਹ ਇੱਥੋਂ ਹੀ ਸਮਝ ਲੱਗ ਜਾਂਦੀ ਆ ਜਦੋਂ ਪਰਮੇਸ਼ਨ ਨੇ ਉਹਨੂੰ ਬਣਾਇਆ ਆਦਮੀ ਦੀ ਪਸੜੀ ਗੱਡੀ ਸਾਈਡ ਦੇ ਵਿੱਚੋਂ ਓਕੇ ਪੈਰ ਵਿੱਚੋਂ ਕੋਈ ਹੱਡੀ ਨਹੀਂ ਕੱਢੀ ਉਹਨੇ ਹੈੱਡ ਸਿਰ ਵਿੱਚੋਂ ਕੋਈ ਹੱਡੀ ਨਹੀਂ ਕੱਢੀ ਸਾਈਡ ਵਿੱਚੋਂ ਕੱਢੀ ਉਹਦੀ ਕੀਮਤ ਤੋਂ ਬਰਾਬਰ ਖੜੀ ਹੋਣ ਨੂੰ ਬਣਾਇਆ ਓਕੇ ਸੋ ਸੱਚੀ ਜਿਹੀ ਅਸੀਂ ਇਹ ਸਮਝ ਲਾ ਪਈਏ ਤੇ ਅਸੀਂ ਸਹੀ ਜਗਾ ਚਾ ਜਾਣੇ ਆ ਓਕੇ ਮੈਂ ਕਿਦਾਂ ਕਿਹਾ ਸੀ ਜਦੋਂ ਆਪਾਂ ਸ਼ੁਰੂ ਕੀਤੀ ਸੀ ਕਈ ਅ ਔਰਤਾਂ ਨੂੰ ਭੈਣਾਂ ਨੂੰ ਪੈਰਾਂ ਥੱਲੇ ਰੱਖਣਾ ਚਾਹੁੰਦੇ ਆ ਦੂਸਰੇ ਕਈਆਂ ਨੇ ਉਹਨਾਂ ਨੂੰ ਸਿਰ ਤੋਂ ਉੱਤੇ ਚੜਾਤਾ ਹੈ। ਦੋਏ ਪੋਜੀਸ਼ਨ ਰੋਂ ਗਿਆ। ਪਰਮੇਸ਼ ਨੇ ਜਦੋਂ ਬਣਾਇਆ ਸੀ ਬਰਾਬਰ ਖੜੇ ਹੋਣ ਨੂੰ ਬਣਾਇਆ ਸੀ। ਜਦੋਂ ਅਸੀਂ ਇਸ ਆਰਡਰ ਦੇ ਵਿੱਚ ਆ ਗਏ ਸਾਡੀ ਥਿੰਕਿੰਗ ਸਹੀ ਹੋ ਜਾਣੀ ਆ ਤੇ ਸਾਡਾ ਚੱਲਣਾ ਵੀ ਸਹੀ ਹੋ ਜਾਣਾ। ਤੇ ਸਾਡਾ ਜੀਵਨ ਵੀ ਸਹੀ ਹੋ ਜਾਣਾ। ਉਦੋਂ ਹੀ ਅਸੀਂ ਗੱਲ ਤੋਂ ਹੁੰਨੇ ਆ। ਜਦੋਂ ਇਹ ਤੋਂ ਅਸੀਂ ਬਾਹਰ ਹੋਣਾ ਚਾਹੁੰਦੇ ਆ। ਕੀ ਹੋਣਾ ਚਾਹਦੇ ਜਾਂ ਅਸੀਂ ਸਿਰ ਉੱਤੇ ਚੜਨਾ ਚਾਹੁੰਦੇ ਆ ਨਹੀਂ ਤਾਂ ਆਦਮੀ ਉਹਨਾਂ ਨੂੰ ਪੈਰਾਂ 'ਸੱਲੇ ਲਿਆਉਣਾ ਚਾਹੁੰਦੇ ਆ ਦੋਏ ਇਹ ਜਗ੍ਹਾ ਗਲਤ ਆ ਓਕੇ ਜੀ ਸੋ ਇੱਥੇ ਆਪਾਂ ਨੂੰ ਇਹ ਦੇਖਣ ਦੀ ਸਮਝਣ ਦੀ ਜ਼ਰੂਰਤ ਆ ਅਸੀਂ ਇੱਥੇ ਕਰਨ ਦੀ ਜ਼ਰੂਰਤ ਆ ਠੀਕ ਹੈ ਜੀ ਆਮਨ ਓਕੇ ਦੂਸਰੀ ਜਿਹੜੇ ਹੁਣ ਆਪਾਂ 24ਵੀਂ ਆਇਤ ਪੜ੍ਹ ਲੱਗੇ ਆ ਜੈਦ ਸਿਸ ਚੈਪਟਰ 2 ਵੇਸ 24 ਬੋਖਾਸ ਇਹਦੇ ਨਾਲ ਵੀ ਸਾਡੇ ਜਿਹੜੇ ਖਿਆਲ ਆ ਇਹਨ ਸਹੀ ਆਸਾਦਿਆ ਓਕੇ ਤੇ ਸਾਨੂੰ ਫਿਰ ਜਿਹੜੀ ਪ੍ਰੋਬਲਮਸ ਆ ਜਿਹੜੀ ਟ੍ਰਬਲਸ ਪੈਂਦੀ ਆ ਬਹੁਤ ਉਤੋਂ ਘਟ ਜਾਣੀਆਂ ਜੇ ਅਸੀਂ ਇਹ ਸਹੀ ਕਰ ਲਪਾ ਬਹੁਤ ਖਿਆਲ ਨਾਲ ਸੁਣਿਓ ਹਾਂਜੀ ਹਾਂਜੀ ਆਪਾਂ ਉਤਪਤੀ ਦੂਸਰਾ ਚੈਪਟਰ 24ਵੇਂ ਆਇਤੀ ਵਿੱਚ ਪੜਨ ਲੱਗੇ ਹਾਂ ਸੋ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਦੇ ਨਾਲ ਮਿਲਿਆ ਰਹੂਗਾ ਅਤੇ ਉਹ ਇੱਕ ਸਰੀਰ ਹੋਣਗੇ ਆਮੇਨ ਸੋ ਇਹ ਤੇ ਪਰਮੇਸ਼ਰ ਦੱਸਦਾ ਆ ਬਈ ਜਿਹੜੀ ਔਰਤ ਆ ਤੇ ਜਿਹੜਾ ਆਦਮੀ ਆ ਉਹਨਾਂ ਦਾ ਰਿਲੇਸ਼ਨਸ਼ਿਪ ਕੀ ਹੋਣਾ ਹੈ ਹੱਲੇ ਉਹਨਾਂ ਦਾ ਮੰਮੀ ਡੈਡੀ ਤਾਂ ਹੈ ਨਹੀਂਗੇ ਓਕੇ ਸੋ ਪਰਮੇਸ਼ਰ ਨੇ ਪਹਿਲਾਂ ਹੀ ਦੱਸਤਾ ਆ ਵੀ ਕੀ ਹੋਣ ਦੀ ਜ਼ਰੂਰਤ ਆ ਸੋ ਜਿਹੜੇ ਗਾਹਾਂ ਐਡਮ ਦੇ ਬੱਚੇ ਹੋਣੇ ਆ ਉਹਨਾਂ ਨੂੰ ਦੱਸਤਾ ਆ ਬਈ ਕੀ ਕਿੱਦਾਂ ਹੋਣਾ ਚਾਹੀਦਾ ਆ ਠੀਕ ਉਹੋ ਦੋਏ ਜਾਣੇ ਇਹ ਤੇ ਉਹ ਆਦਮੀ ਦੇ ਬਾਰੇ ਲਿਖਿਆ ਆ ਤੇ ਆਪਣੇ ਮਾਪੇ ਨੂੰ ਛੱਡ ਕੇ ਜ਼ਰੂਰੀ ਨਹੀਂ ਹੈਗਾ ਰਿਲੇਸ਼ਨਸ਼ਿਪ ਛੱਡ ਕੇ ਪਰ ਜਿਹੜਾ ਰਿਲੇਸ਼ਨਸ਼ਿਪ ਸੌਰੀ ਜਿੱਥੇ ਰਹਿੰਦੇ ਉਹ ਛੱਡ ਕੇ ਪਰ ਜਿਹੜੇ ਰਿਲੇਸ਼ਨਸ਼ਿਪ ਆ ਹੁਣ ਡਿਫਰੈਂਟ ਹੋ ਜਾਣਾ ਹੁਣ ਵਾਈਫ ਤੇ ਹਸਬੰਡ ਪਹਿਲਾ ਹੁੰਨੇ ਆ ਜਦੋਂ ਵਾਈਫ ਹਸਬੰਡ ਨਹੀਂ ਹੁੰਦੇ ਮਾਪੇ ਪਹਿਲਾ ਹੁੰਦੇ ਆ ਠੀਕ ਇਥੋਂ ਅਸੀਂ ਬਹੁਤ ਗਲਤ ਹੋ ਗਏ ਸਪੈਸ਼ਲੀ ਹੋ ਸਕਦਾ ਮੈਨੂੰ ਬਹੁਤ ਮੇਰਿਆ ਨੇ ਪਸੰਦ ਨਹੀਂ ਕਰਨਾ ਹੈਗਾ ਜਿਹੜੇ ਇੰਡੀਅਨ ਕਲਚਰ ਦੇ ਵਿੱਚ ਆ ਓਕੇ ਪਰ ਮੈਂ ਜੋ ਬਚਨਿਆ ਹੋਈ ਸਹੀ ਸਕਾਲਦਾ ਆ ਤੁਸੀਂ ਆਪ ਪੜ ਕੇ ਦੇਖ ਸਕਦੇ ਆ ਓਕੇ ਆਪਣੇ ਰਸਤੇ ਤਾਂ ਗਲਤ ਹੋਏ ਹੋਏ ਆ ਜਾਂ ਤਾਂ ਜਿਹੜੀਆਂ ਭੈਣਾਂ ਆ ਉਹ ਹੱਲੇ ਆਪਣੇ ਮਾਪੇ ਨੂੰ ਜਿਆਦਾ ਸਮਝਿਆ ਹਸਬੰਡ ਨੂੰ ਉਹਨਾਂ ਨੇ ਨਹੀਂ ਸਮਝਿਆ ਹੈਗਿਆ ਮੈਂ ਬਹੁਤ ਇਹ ਪ੍ਰੋਬਲਮ ਦੇਖੀਆਂ ਉਦੋਂ ਹਸਬੰਡ ਦੇ ਵੱਲੋਂ ਬਹੁਤ ਪ੍ਰੋਬਲਮ ਦੇਖੀ ਆ ਉਹਦੇ ਮਾਪੇ ਜਿਆਦੇ ਇੰਪੋਰਟੈਂਟ ਹੈ ਉਹਦੀ ਵਾਈਫ ਦੇ ਨਾਲ। ਓਕੇ ਉਹਦੇ ਕਾਰਨ ਜਿਹੜਾ ਮੈਰਿਜ ਹੈ ਉੱਤੇ ਉੱਤੇ ਸਟ੍ਰੇਨ ਆਇਆ ਹੈ। ਉੱਤੇ ਇੱਕ ਭਾਰ ਪਿਆ ਆ। ਓਕੇ ਇਹ ਜ਼ਰੂਰਤ ਨਹੀਂ ਹੈਗੀ ਭਾਰ ਦੀ। ਜ਼ਰੂਰ ਕਈ ਵਾਰੀ ਸਾਨੂੰ ਪ੍ਰੈਸ਼ਰ ਹੋਣਾ ਦੂਸਰੇ ਪਾਸਿਓਂ ਪਰ ਜੇ ਅਸੀਂ ਇਹਨੂੰ ਸਹੀ ਘਾਲਿਆ ਸਾਡੀ ਮੈਰਿਜ ਚੰਗੀ ਹੋ ਗਈ। ਓਕੇ ਸੋ ਜਿਵੇਂ ਬਾਈਬਲ ਤੌਰ 'ਤੇ ਰੱਖਣੀ ਹੈ ਸਾਨੂੰ ਇਹ ਕਰਨ ਦੀ ਜ਼ਰੂਰਤ ਆ। ਅਮੇਨ। ਇੰਨੇ ਇੰਪੋਰਟੈਂਟ ਸੀਗੇ ਇਹ ਯਿਸੂ ਮਸੀਹ ਨੇ ਵੀ ਮੈਂਸ਼ਨ ਕੀਤਾ ਸੀਗਾ। ਜਦੋਂ ਉਹਨੂੰ ਮੈਰਿਜ ਦੇ ਬਾਰੇ ਪੁੱਛਦੇ ਸੀ, ਯਿਸੂ ਮਸੀਹ ਨੇ ਐਕਸਪਲੇਨ ਕੀਤਾ ਸੀ ਪਰ ਇਹ ਤੋਂ ਵੀ ਵਧੀਆ ਉਹਨੇ ਕੀਤਾ। ਬਈ ਕੀ ਪਤਾ ਸਾਨੂੰ ਨਾ ਪਹਿਲੀ ਵਾਰੀ ਸਮਝ ਲੱਗੀ ਹੋਵੇ। ਮੈਥਿਊ ਚੈਪਟਰ 19 ਵਰਸ 4 ਟੂ 6। ਹਾਂਜੀ। ਲੋਕੀ ਉਹਨੂੰ ਸਵਾਲ ਪੁੱਛਦੇ ਸੀ ਪਿਉ ਨੇ ਇਹ ਜਵਾਬ ਦਿੱਤਾ ਹਾਂਜੀ ਮਤੇ 19ਵਾਂ ਚੈਪਟਰ 4 ਤੋਂ 6 ਤੱਕ ਮੈਂ ਪੜਨ ਲੱਗੀ ਹਾਂ ਉਸ ਨੇ ਉੱਤਰ ਦਿੱਤਾ ਜਾਨੀ ਕਿ ਯਿਸੂ ਮਸੀਹ ਜੀ ਨੇ ਉੱਤਰ ਦਿੱਤਾ ਕਿ ਤੂੰ ਸਾਈ ਨਹੀਂ ਪੜਿਆ ਭਈ ਜਿਸ ਨੇ ਉਹਨਾਂ ਨੂੰ ਬਣਾਇਆ ਉਹਨੇ ਮੁੱਢੋਂ ਉਹਨਾਂ ਨੂੰ ਨਾਰ ਅਤੇ ਨਾਰੀ ਬਣਾਇਆ ਅਤੇ ਕਿਹਾ ਜੋ ਇਸ ਲਈ ਮਰਦ ਆਪਣੇ ਮਾਪੇ ਛੱਡ ਕੇ ਆਪਣੀ ਧੀਮੀ ਦੇ ਨਾਲ ਮਿਲਿਆ ਰਹੂਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ ਸੋ ਹਣ ਉਹ ਦੋ ਨਹੀਂ ਬਲਕਿ ਇੱਕੋ ਸਰੀਰ ਹਨ ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਹਨੂੰ ਮਨੁੱਖ ਅੱਡ ਨਾ ਕਰੇ ਆਮਨ ਆਪਣੇ ਇੰਡੀਅਨ ਕਲਚਰ ਦੇ ਵਿੱਚ ਜਦੋਂ ਡਿਵੋਰਸ ਹੁੰਦੇ ਆ ਮੈਜੋਰਿਟੀ ਮੈਂ ਸਾਰੇ ਟਾਈਮ ਨਹੀਂ ਕਹਿੰਦਾ ਕਿ ਮੈਜੋਰਿਟੀ ਜ਼ਿਆਦਾਤੋਂ ਇਨ-ਲੋਸ ਦੀ ਪ੍ਰੋਬਲਮ ਹੁੰਦੀ ਆ ਫਿਰ ਜਦੋਂ ਡਿਵੋਰਸ ਹੋ ਜਾਂਦੇ ਆ ਭੈਣਾ ਕੀ ਕਹਿੰਦੀਆਂ ਜਦੋਂ ਮੈਂ ਹਫੇਜ ਜੇ ਮੈਨੂੰ ਮੈਂ ਫੇ ਵਿਆਹ ਕਰਾਇਆ ਮੈਂ ਸੱਸ ਦੇ ਨਾਲ ਨਹੀਂ ਰਹਿਣਾ ਹੈਗਾ ਕਿ ਕੀ ਹੋਇਆ ਉਹ ਉਹ ਪ੍ਰੋਬਲਮ ਹੈ ਕਹਤੇ ਕਰਕੇ ਉਹਨਾਂ ਦੀ ਜਿਹੜੀ ਮੈਰਿਜ ਸੀਗੀ ਉਹ ਸੈੱਟ ਨਹੀਂ ਸਹੀ ਕੀਤੀ ਸੀਗੀ ਹਸਬੰਡ ਤੇ ਵਾਈਫ ਇੰਪੋਰਟੈਂਟ ਨਹੀਂ ਹੋਏ ਜਿਹੜੀ ਮੰਮ ਜਿਹੜੀ ਡੈਡ ਸੀ ਉਹ ਜਾਦੇ ਇੰਪੋਰਟੈਂਟ ਰਹਿ ਕੇ ਜਦੋਂ ਉਹਨਾਂ ਨੂੰ ਉਹ ਉਹ ਉਹਨਾਂ ਨੂੰ ਇਦਾਂ ਨਹੀਂ ਬਈ ਮਾਪੇ ਨੂੰ ਹੇਟ ਕਰ ਲਾ ਪਿਆ ਹੱਲੇ ਵੀ ਪਿਆਰ ਕਰਦੇ ਹੱਲੇ ਵੀ ਉਹਦੇ ਆਗੇ ਹੁਆ ਪਰ ਪਹਿਲਾਂ ਵਾਈਫ ਹੁੰਦੀ ਹੈ ਪਹਿਲਾ ਹਸਬੰਦ ਹੁੰਦਾ ਹੈ ਜਦੋਂ ਅਸੀਂ ਇਸ ਆਰਡਰ ਦੇ ਵਿੱਚ ਆ ਗਏ ਤੇ ਅਸੀਂ ਦੇਖਣਾ ਸਾਡਾ ਜਿਹੜੀ ਮੈਰਿਜ ਆ ਉਹ ਤੇ ਥੋੜਾ ਸਟ੍ਰੇਨ ਹੋਣਾ ਉਹ ਤੇ ਥੋੜਾ ਭਾਰ ਹੋਣਾ ਹੈ ਜਿਹੜਾ ਹੁਣ ਆਪਾਂ ਪਾਇਆ ਸੋ ਇਥੇ ਯਿਸੂ ਮਸੀਹ ਦੱਸਦਾ ਸੀ ਇਹ ਜਿਹੜਾ ਜਵਾਬ ਦਿੱਤਾ ਸੀ ਯਿਸੂ ਮਸੀਹ ਉਹਨ ਇਸ ਕੰਮ ਨੂੰ ਦਿੱਤਾ ਸੀਗਾ ਕਰਕੇ ਲੋਕੀ ਸਵਾਲ ਪੁੱਛਦੇ ਸੀਗੇ ਡਿਵੋਰਸ ਦੇ ਬਾਰੇ ਤੇ ਯਿਸੂ ਮਸੀਹ ਇਹ ਜਵਾਬ ਦੇ ਰਿਹਾ ਫਿਰ ਜਦੋਂ ਇਹ ਫਿਨਿਸ਼ ਕਰਦਾ ਕਿਦਰ ਵਾਟ ਗੋਡ ਹੈਸ ਜੁਆਇੰਟ ਲੈਟ ਨੋ ਵਨ ਸੈਪਰੇਟ ਜਿਹੜਾ ਪਰਮਿਸ਼ਨ ਹੈ ਮੈਰਿਜ ਦੇ ਵਿੱਚ ਜੁੜੇ ਆ ਦੋ ਉਹ ਕੋਈ ਉਹਨਾਂ ਨੂੰ ਜੁਦਾ ਕਰਨ ਦੀ ਕੋਸ਼ਿਸ਼ ਨਾ ਕਰੇ ਬਹੁਤ ਖਤਰਨਾਕ ਚੀਜ਼ ਆ ਜਦੋਂ ਅਸੀਂ ਗੱਬੇ ਮੈਰਿਜ ਦੇ ਆ ਜਾਂਦੇ ਆ ਉਹ ਕਿ ਗੱਬੇ ਆਉਣ ਦਾ ਮੈਂ ਕੀ ਕਹਿੰਨਾ ਜੇ ਕੋਈ ਤੀਸਰਾ ਆਦਮੀ ਗੱਬੇ ਆ ਜਾਂਦਾ ਆ ਜਾਂ ਉਹ ਕਿਸੇ ਤਰ੍ਹਾਂ ਦਾ ਫੇਅਰ ਮੈਚ ਸ਼ੁਰੂ ਹੋ ਜਾਂਦਾ ਆ ਉਹ ਤੀਸਰਾ ਆਦਮੀ ਹੁੰਦਾ ਹੁਣ ਮੈਰਿਜ ਜੋੜ ਹੋਣ ਲੱਗ ਪਿਆ ਪਰ ਪਰਮੇਸ਼ਰ ਕਹਿੰਦਾ ਬਈ ਉਹ ਚੰਗਾ ਨਹੀਂ ਉਹਨਾਂ ਵਾਸਤੇ ਸੋ ਉਹ ਬਹੁਤ ਡੇਂਜਰ ਦੇ ਵਿੱਚ ਬਹੁਤ ਖਤਰੇ ਦੇ ਵਿੱਚ ਹੈ ਸੋ ਇਥੇ ਆਪਾਂ ਨੂੰ ਬਹੁਤ ਕਲੀਅਰਲੀ ਸਮਝਾ ਰਿਹਾ ਆ ਬਈ ਜੇ ਅਸੀਂ ਚੱਲਣਾ ਚਾਹੁੰਦੇ ਆ ਸਹੀ ਮੈਨੇਜ ਰੱਖਣਾ ਚਾਹੁੰਦੇ ਆ ਤੇ ਆਪਾਂ ਨੂੰ ਇਹ ਕੰਦ ਦੀ ਜਰੂਰਤ ਹੈ ਠੀਕ ਇੱਥੇ ਹੱਲੇ ਵੀ ਆਪਾਂ ਇਹ ਉਹ ਸਵਾਲ ਕਿਹੜਾ ਸਵਾਲ ਕਰ ਰਹੇ ਆ ਦ ਵੂਮਨ ਕੁਐਸਚਨ ਓਕੇ ਔਰਤਾਂ ਦੇ ਵਾਲੇ ਭੈਣਾਂ ਦੇ ਬਾਰੇ ਹੱਲੇ ਆਪਾਂ ਦੇਖ ਰਹੇ ਆ ਬਈ ਬਾਈਬਲ ਕੀ ਇਸ ਕਾਲਦੀ ਹੈ ਕਿਦਾਂ ਸਕਾਲਦੀ ਆ ਓਕੇ ਸੋ ਸਾਨੂੰ ਇਹ ਸਿੱਖਣ ਦੀ ਜਰੂਰਤ ਹੈ ਤੇ ਜੇ ਅਸੀਂ ਬਾਈਬਲ ਦੇ ਤੌਰ ਸਹੀ ਰੱਖਿਆ ਲੌਂਗ ਟਰਮ ਦੇ ਵਿੱਚ ਸਾਡੇ ਕੋਲ ਥੋੜਾ ਪ੍ਰੈਸ਼ਰ ਹੋਣਾ ਮੈਰਿ ਦੇ ਉੱਤੇ ਤੇ ਸਾਡੇ ਕੋਲ ਈਸੀ ਥੋੜੀ ਜਿਹਾ ਖੁਸ਼ ਹੋ ਜਾਣਾ ਓਕੇ ਪਰਮੇਸ਼ ਨੇ ਬਣਾਇਆ ਇਹਦਾ ਆ ਬਈ ਮੈਰਿਜ ਈਜ਼ੀ ਹੋਵੇ ਹਾਰਡ ਨਾ ਹੋਵੇ ਹਾਰਡ ਉਦੋਂ ਹੁੰਦੀ ਆ ਜਦੋਂ ਇੱਕ ਇੱਕ ਪਾਸੇ ਨੂੰ ਖਿੱਚਦਾ ਦੂਜਾ ਦੂਜੇ ਪਾਸੇ ਨੂੰ ਖਿੱਚਦਾ ਆ ਦੇ ਸੋ ਕਈ ਵਾਰੀ ਉਹ ਹੁੰਦਾ ਜਿਹੜੀਆਂ ਭੈਣਾਂ ਆਈਆਂ ਹੁੰਦੀਆਂ ਉਹ ਹੱਲੇ ਆਪਣੇ ਮਾਪਿਆਂ ਦਾ ਉਹਨਾਂ ਨੂੰ ਬਹੁਤ ਪਿਆਰ ਆ ਸੋ ਹੱਲੇ ਉੱਥੇ ਨੂੰ ਉਹ ਉਧਰੋਂ ਦੇਖਦੀਆਂ ਆ ਤੇ ਆਦਮੀ ਨੇ ਉਧਰ ਆਪਣੇ ਮਾਪੇਦ ਰੱਖਿਆ ਉਹਨਾਂ ਹਾਲ ਨੂੰ ਦੇਖਦਾ ਹੈ ਤੇ ਉਹਨੇ ਪੂਰਾ ਮੈਰਿਜ ਦਾ ਜਿਹੜਾ ਸਿਚੁਏਸ਼ਨ ਸੀ ਸਹੀ ਨਹੀਂ ਕੀਤਾ ਹੈਗਾ ਓਕੇ ਆਪਾਂ ਜਦੋਂ ਸਪੈਸ਼ਲੀ ਬਾਈਬਲ ਹੋ ਸਕਦਾ ਪਹਿਲਾਂ ਪੜ੍ਹੇ ਨਹੀਂ ਵੀ ਜਾਣਦੇ ਸੀ ਪਰ ਹੁਣ ਆਪਾਂ ਬਾਈਬਲ ਜਾਣਦੇ ਆ ਸਾਨੂੰ ਬਾਈਬਲ ਦੇ ਵਿੱਚ ਚੱਲਣ ਦੀ ਜ਼ਰੂਰਤ ਆ ਓਕੇ ਆਪਾਂ ਥੋੜੀ ਜਿਹੀ ਨੂੰ ਹੋ ਸਕਦਾ ਅੱਜ ਆਪਣੇ ਕੋਲ ਨਾ ਦੇਖ ਹੋਵੇ ਟਾਈਮ ਥੋੜਾ ਹੋਵੇ ਪਰ ਆਪਣਾ ਮੇਨ ਆਈਡੀਆ ਇਹ ਹੀ ਹੋਣਾ ਆਪਾਂ ਇਹ ਵੀ ਦੇਖਣਾ ਆ ਭੈਣਾ ਦਾ ਚਾਚੇ ਦੇ ਵਿੱਚ ਕੀ ਹੋ ਰ ਹੋਣ ਓਕੇ ਜਿੱਦਾਂ ਪੌਲ ਕਹਿੰਦਾ ਸੀਗਾ ਕਈ ਵਾਰੀ ਇਹ ਕੁਐਸਚਨ ਲੋਕਾਂ ਨੇ ਲਿਆ ਹੁੰਦਾ ਇਹ ਵੀ ਆਪਾਂ ਜਵਾਬ ਦੇਣਾ ਆ ਤੇ ਆਪਾਂ ਪਹਿਲੇ ਕ੍ਰਿੰਥੀਅਨਸ ਵਿੱਚੋਂ ਦੇਖਦੇ ਆਂ ਉਹਦਾ 14ਵਾਂ ਚੈਪਟਰ ਤੇ ਉਹਦੀ 34 ਤੇ 35 ਆਇਤ ਦੇ ਵਿੱਚੋਂ ਆਪਾਂ ਦੇਖਦੇ ਆਂ ਵੀ ਉਤੋਂ ਉਤੋਂ ਦੇਖ ਕੇ ਕਈ ਵਾਰੀ ਲੋਕੀ ਇਹਨੂੰ ਫੜ ਕੇ ਲੈ ਜਾਂਦੇ ਆ ਤੇ ਉਹਨੇ ਆਪਣੀਆਂ ਰੋਂਗ ਸਿਚੁਏਸ਼ਨ ਚਾਚਾਂ ਵਿੱਚ ਬਣਾ ਲੀਆਂ ਇਸ ਵਿੱਚ ਕੀ ਲਿਖਿਆ ਹੈ ਪਹਿਲਾ ਕੋਰਿੰਥੀਅਨਸ ਫਰਸਟ ਕੋਰਿੰਥੀਅਨ ਚੈਪਟਰ 14 ਵਰਸ 34 ਐਂਡ 35 ਹਾਂਜੀ ਪਹਿਲਾ ਕੋਰਿੰਥੀਅਨ ਨੂੰ ਉਹਦਾ 14ਵਾਂ ਚੈਪਟਰ 34 ਤੇ 35 ਆਇਤ ਮੰਡਲੀਆਂ ਵਿੱਚ ਧੀਮੀਆਂ ਚੁੱਪ ਰਹਿ ਰਹਿਣ ਹੈਨਾ ਇਹਹੀ ਹੈ ਹਾਂਜੀ ਕਿਉਂ ਜੋ ਉਹਨਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ ਸਭੋਂ ਉਹ ਅਦੀਨ ਹੋ ਰਹਿਣ ਜਿਵੇਂ ਸ਼ਰਮ ਵੀ ਕਹਿੰਦਾ ਹੈ ਅਤੇ ਜੋ ਕੁਝ ਸਿੱਖਣਾ ਚਾਹੁੰਦੀਆਂ ਹਨ ਤਾਂ ਘਰ ਜੇ ਕੁਝ ਉਹ ਸਿੱਖਣਾ ਚਾਹੁੰਦੀਆਂ ਹਨ ਤਾਂ ਘਰ ਵਿੱਚ ਆਪੋ ਆਪਣੇ ਪਤੀਆਂ ਕੋਲ ਪੁੱਛਣ ਕਿਉਂ ਜੋ ਤੀਮੀ ਦੇ ਲਈ ਮੰਡਲੀ ਵਿੱਚ ਬੋਲਣਾ ਲਾਜ ਦੀ ਗੱਲ ਹੈ ਹਾਂ ਮੈਂ ਓਕੇ ਬਹੁਤ ਲੱਗਦਾ ਬਹੁਤ ਸਖਤ ਆ ਓਕੇ ਅਹੀਂ ਇਹਨੂੰ ਮਿਸ ਅੰਡਰਸਟੈਂਡ ਹੋਇਆ ਹੈ ਸੋ ਜਦੋਂ ਆਪਾਂ ਇਹ ਤਸਟਰੀ ਤੇ ਪਹੁੰਚੇ ਆਪਾਂ ਦੱਸਾਂਗੇ ਦਿਖਾਵਾਂਗੇ ਪਰ ਤੁਸੀਂ ਆਪ ਵੀ ਇਹ ਚੁਛੜੀ ਦੇਖਿਓ ਉਹ ਕੀ ਕਹਿੰਦਾ ਵਾਈਵਸ ਓਕੇ ਤੇਮੀਆਂ ਓਕੇ ਸੋ ਕਿਹੜਾ ਨਾਲ ਗੱਲ ਕਰਿਆ ਜਿਹੜੀ ਉਹਦੀ ਸ਼ਾਦੀ ਹੋਈ ਆ ਓਕੇ ਸੋ ਆਪਾਂ ਇਹਦੇ ਵਿੱਚ ਦੇਖਾਂਗੇ ਇਹਦਾ ਇਹ ਜਵਾਬ ਦੇਵਾਂਗੇ ਬਾਈਬਲ ਦੇ ਵਿੱਚੋਂ ਹੀ ਸੋ ਇਹ ਮੇਨ ਕੁਐਸਚਨ ਆਪਾਂ ਦੇਖਣਾ ਪਰ ਥੋੜੀ ਆਪਾਂ ਪਹਿਲਾਂ ਦੇਖਣਾ ਚਾਹੁੰਦੇ ਆਂ ਕਈ ਵਾਰੀ ਸਾਡੇ ਕੋ ਮੈਰਿਜ ਦੇ ਵੇਸ ਸਟ੍ਰੇਂਜਸ ਕਿੱਦਾਂ ਹੁੰਦੀਆਂ ਸਾਡੇ ਕੋ ਪ੍ਰੋਬਲਮਸ ਕਿੱਦਾਂ ਹੁੰਦੀਆਂ ਤੇ ਸਾਡੇ ਉਹਦੇ ਕੀ ਜਵਾਬ ਆ ਹਲੇ ਆਪਾਂ ਓਮਨ ਕੁਐਸਚਨ ਦੇ ਬਾਰੇ ਹੋ ਸਕਦਾ ਆਪਣੀ ਕੋਈ ਦੋ ਤਿੰਨ ਸਟਡੀ ਸਟਡੀਆਂ ਆਪਾਂ ਇੱਥੇ ਕਰੀਏ ਉਹਦਾ ਸਹੀ ਮਤਵਲ ਕੱਢਣ ਨੂੰ ਓਕੇ ਸੋ ਇੱਥੇ ਆਪਾਂ ਦੇਖਦੇ ਆ ਜੈਨੇਸਿਸ ਦੀ ਕਿਤਾਬ ਦੇ ਵਿੱਚ ਉਹਦਾ 30 ਚੈਪਟਰ ਤੇ ਆਪਾਂ ਇੱਥੇ ਦੇਖਦੇ ਹੈਗੇ ਆ ਈਵ ਦੇ ਬਾਰੇ ਓਕੇ ਤੇ ਜਿਹੜੀ ਈਵ ਸੀ ਉਹਦੇ ਕੋਲ ਗਲਤੀ ਹੋ ਜਾਂਦੀ ਆ ਤੇ ਉਹਦੇ ਬਾਰੇ ਆਪਾਂ ਦੇਖਣ ਲੱਗੇ ਆ 30 ਚੈਪਟਰ ਦੀ 6ਵੇਂ ਆਇਤ ਹਾਂਜੀ ਚੈਂਸਿਸ ਚੈਪਟਰ 3 ਵਰਸ 6 ਜਾਂ ਤੀਵੀ ਨੇ ਵਿਖਿਆ ਕਿ ਉਹ ਵਿਸ਼ ਖਾਣ ਲਈ ਚੰਗਾ ਹੈ ਅਤੇ ਅੱਖੀਆਂ ਨੂੰ ਭੌਂਦਾ ਹੈ ਅਤੇ ਉਹ ਵਿਸ਼ ਬੁੱਧ ਦੇਣ ਲਈ ਲੋੜੀਦਾ ਹੈ ਤਾਂ ਉਸ ਨੇ ਉਹਦੇ ਫਲ ਤੋਂ ਲਿਆ ਤੇ ਆਪ ਖਾਦਾ ਨਾਲੇ ਆਪਣੇ ਪਤੀ ਨੂੰ ਵੀ ਦਿੱਤਾ ਅਤੇ ਉਸ ਨੇ ਵੀ ਖਾਦਾ ਆਮੈਂ ਇੱਥੇ ਆਪਾਂ ਦੇਖਦੇ ਹਾਂ ਬਹੁਤ ਬਾਰੀ ਲੇਡੀਜ਼ ਨੂੰ ਬਲੇਮ ਕੀਤਾ ਜਾਂਦਾ ਹੈ ਬਈ ਉਹੀ ਉਹਦੀ ਗਲਤੀ ਸੀਗੀ ਪਰ ਆਦਮ ਵੀ ਉਤਈ ਸੀਗਾ ਤੇ ਜਰੂਰ ਉਹ ਸ਼ੈਤਾਨ ਦੇ ਜਿਹੜਾ ਸਪ ਦੀ ਸ਼ਕਲ ਦੇ ਵਿੱਚ ਆਇਆ ਸੀਗਾ ਉਹਦੇ ਆਪਕਾਦੇ ਇਨਫਲੂਐਂਸ ਦੇ ਥੱਲੇ ਉਹਦੇ ਜੋਰ ਦੇ ਥੱਲੇ ਉਹਦੇ ਟ੍ਰੀਕੀ ਦੇ ਟ੍ਰਿਕੜੀ ਦੇ ਥੱਲੇ ਉਹਦੇ ਸ਼ੈਤਾਨੀ ਦੇ ਥੱਲੇ ਉਹ ਆ ਗਿਆ ਤੇ ਉਹਨੇ ਧੋਖਾ ਦੇ ਕੇ ਉਹ ਉਹਨੇ ਉਹ ਫਲ ਖਾ ਲਿਆ ਪਰ ਜਿਹੜੇ ਧੋਖਾ ਦਿੱਤਾ ਗਿਆ ਦਿੱਤਾ ਗਿਆ ਸੀ ਉਹ ਆਦਮ ਨੂੰ ਧੋਖਾ ਦਿੱਤਾ ਗਿਆ ਸੀ ਉਹ ਈਵ ਨੂੰ ਧੋਖਾ ਦਿੱਤਾ ਗਿਆ ਸੀ ਆਦਮ ਨੂੰ ਪਤਾ ਸੀ ਉਹ ਕੀ ਕਰ ਰਿਹਾ ਈਵ ਨੂੰ ਪਤਾ ਨਹੀਂ ਸੀਗਾ ਠੀਕ ਈਵ ਧੋਖੇ ਦੇ ਵਿੱਚ ਆ ਗਈ ਸੀ ਆਦਮ ਧੋਖੇ ਵਿੱਚ ਨਹੀਂ ਸੀਗਾ ਠੀਕ ਉਹਨੇ ਆਪਾਂ ਕਹਿ ਸਕਦੇ ਹਾਂ ਜਾਣ ਬੁੱਝ ਕੇ ਕੀਤਾ ਠੀਕ ਤੇ ਕਈ ਵਾਰੀ ਆਪਾਂ ਜਦੋਂ ਇੰਨਾ ਪੜਦੇ ਆਪਾਂ ਕਿੱਥੇ ਤੋਂ ਪਤਾ ਲੱਗਾ ਨਹੀਂ ਇੱਥੇ ਇੱਦਾਂ ਪਤਾ ਲੱਗਾ ਵੀ ਉਹਨੇ ਫੜਾਇਆ ਤੁਰੰਤ ਫੜ ਕੇ ਖਾ ਲਿਆ ओके ਪਰ ਬਾਈਬਲ ਆਪਾਂ ਨੂੰ ਐਕਸਪਲੇਨ ਕਰਦੀ ਤਾਂ ਹੀ ਮੈਂ ਕਹਿੰਦਾ ਕਈ ਵਾਰੀ ਸਾਨੂੰ ਸਾਰੀ ਬਾਈਬਲ ਸਟੱਡੀ ਕਰਨੀ ਪੈਂਦੀ ਆ ਅੱਜ ਤੱਕ ਕਰਨੀ ਪੈਂਦੀ ਆ ਟੋਲਨੀ ਪੈਂਦੀ ਆ ਤੇ ਅਸੀਂ ਫੇ ਸਾਨੂੰ ਪਤਾ ਲੱਗਣ ਲੱਗ ਪਦਾ ਉਹ ਕੀ ਰੀਅਲੀ ਬਾਤ ਵਾਲਿਆ ਪੌਲ ਆਪਾਂ ਨੂੰ ਦੱਸਦਾ ਆ ਬਈ ਆਦਮ ਨੇ ਤੋ ਖਾਣੀ ਖਾਦਾ ਸੀਗਾ ਉਹਨੇ ਜਾਣ ਬੁੱਝ ਕੇ ਫਲ ਖਾਦਾ ਸੀਗਾ ਪਹਿਲਾ ਟਿਮਥੀ ਉਹਦਾ 2 14 ਫਸਟ ਟਿਮਥੀ ਚੈਪਟਰ 2 ਵੇਸ 14 ਹਾਂਜੀ ਪਹਿਲਾ ਤਿਮੋਥੀਅਸ ਦੂਸਰਾ ਚੈਪਟਰ ਤੇ ਉਹਦੀ 14ਵੀਂ ਆਇਤ ਵਿੱਚ ਇਦਾਂ ਲਿਖਿਆ ਕਿਉਂ ਜੋ ਆਦਮ ਪਹਿਲਾਂ ਰਚਿਆ ਗਿਆ ਸੀ ਫਿਰ ਹਵਾ ਤੇ ਆਦਮ ਨੇ ਧੋਖਾ ਨਹੀਂ ਖਾਦਾ ਪਰ ਇਸੇ ਧੋਖਾ ਖਾ ਕੇ ਅਪਰਾਧ ਵਿੱਚ ਪੈ ਗਿਆ ਆਮੈਨ ਓਕੇ ਆਦਮ ਨੇ ਧੋਖਾ ਨਹੀਂ ਖਾਦਾ ਸੀ ਉਹਨੇ ਡਿਸਾਈਡ ਕੀਤਾ ਵੀ ਈਵ ਨੇ ਖਾ ਲਿਆ ਮੈਂ ਵੀ ਹੁਣ ਖਾ ਲੈਣਾ ਓਕੇ ਇਦੇ ਬਹੁਤ ਕਾਰਨ ਹੋ ਸਕਦੇ ਆਪਾਂ ਨੂੰ ਪਤਾ ਨਹੀਂ ਕੀ ਕਾਰਨ ਸਿਗਾ ਹੋ ਸਕਦਾ ਬਈ ਉਹਨੂੰ ਪਤਾ ਸੀ ਅਸੀਂ ਜੁਦੇ ਹੋ ਜਾਣਾ ਫੇਰ ਕਿਉਂ ਜਦੋਂ ਪਾਪ ਕਰ ਲਿਆ ਫਿਰ ਜੁਦੇ ਹੋ ਜਾਣਾ ਤੇ ਮੈਂ ਈਵ ਦੇ ਨਾਲ ਰਹਿਣਾ ਚਾਹੁੰਨਾ ਆ ਓਕੇ ਜਾਂ ਹੋ ਸਕਦਾ ਬਈ ਉਹ ਉਹ ਈਵ ਦੇ ਇਨਫਲੂਐਂਸ ਦੇ ਥੱਲੇ ਹੋਵੇ ਓਕੇ ਧੰਵਾਦ ਬਈ ਮੈਂ ਨਾਲ ਲੜੂਗੀ ਜੇ ਮੈਂ ਨਾ ਖਾਦਾ ਵੀ ਡੋਨਟ ਵੀ ਦੇ ਨੋ ਵਾਟ ਦ ਸਿਚੁਏਸ਼ਨ ਵਾਸ ਪਰ ਇਹ ਆਪਾਂ ਨੂੰ ਪਤਾ ਪੱਕਾ ਪਤਾ ਆ ਕਿ ਬਾਈਬਲ ਆਪਾਂ ਦੱਸਦੀ ਆ ਬਈ ਉਹ ਤੋ ਖੇਡਾ ਉਹ ਤੋ ਖੇਡਾ ਨਹੀਂ ਖਾਦਾ ਸੀਗਾ ਉਹਨੂੰ ਪਤਾ ਸੀ ਉਹ ਕੀ ਕਰ ਰਿਹਾ ਸੋ ਇਥੇ ਆਪਾਂ ਇਹ ਵੀ ਇੱਕ ਚੀਜ਼ ਦੇਖਦੇ ਆ ਕਈ ਵਾਰੀ ਜੇ ਅਸੀਂ ਕੇਅਰਫੁਲ ਨਹੀਂ ਹੈਗੇ ਲੇਡੀ ਸਾ ਤੋਂ ਗਲਤੀਆਂ ਕਰਾ ਸਕਦੀਆਂ ਓਕੇ ਪਰ ਇਹ ਸਾਡੀ ਰਿਸਪੌਂਸਿਬਿਲਟੀ ਆ ਸਾਨੂੰ ਦੇਖਣਾ ਪੈਣਾ ਆ ਓਕੇ ਸੋ ਇਥੇ ਆਪਾਂ ਇੱਕ ਹੋਰ ਦੇਖਦੇ ਆ ਇਬਰਾਹਿਮ ਦੇ ਬਾਰੇ ਦੇਖਦੇ ਆ ਤੇ ਇਬਰਾਹਿਮ ਨੇ ਵੀ ਗਲਤੀ ਕੀਤੀ ਸੀ ਪਰ ਉਹਦੇ ਬਾਰੇ ਆਪਾਂ ਦੇਖਣ ਲੱਗੇ ਆ ਜੈਨੇਸਿਸ ਕਿਤਾਬ 16ਵੇਂ ਚੈਪਟਰ ਪਹਿਲੀ ਤੋਂ ਦੂਜੀ ਆਇਤ ਹਾਂਜੀ ਜੈਨੇਸਿਸ ਚੈਪਟਰ 16 ਵਾਸ 1 ਐਂਡ 2 ਸਾਰਾਯ ਅਬਰਾਹਿਮ ਦੀ ਪਤਨੀ ਉਹਦੇ ਲਈ ਪੁੱਤਰ ਨਾ ਜਣੇ ਉਹਦੇ ਕੋਲ ਇੱਕ ਮਿਸਰੀ ਗੁੱਲੀ ਸੀ ਜਿਹਦਾ ਨਾਮ ਹਾਜਰਾ ਸੀ ਤਾਂ ਸਾਰਾਯ ਨੇ ਅਬਰਾਹਿਮ ਨੂੰ ਆਖਿਆ ਵੇਖ ਜੋ ਹਵਨ ਨੇ ਮੈਨੂੰ ਜਾਣਣ ਤੋਂ ਰੋਕਿਆ ਹੈ ਮੇਰੀ ਗੋਲੀ ਕੋਲ ਜਾ ਸ਼ਾਇਦ ਮੈਂ ਉਸ ਤੋਂ ਔਲਾਦ ਵਾਲੀ ਬਣਾਈ ਜਾਵਾਂ ਅਬਰਾਹਮ ਨੇ ਸਾਰਾਈ ਦੀ ਗੱਲ ਸੁਣੀ ਅਮੇਂ ਅਮੇਂ ਸੋ ਇਥੇ ਆਪਾਂ ਦੇਖਦੇ ਆ ਬਈ ਪਰਮੇਸ਼ਰ ਨੇ ਪ੍ਰੋਮਿਸ ਕੀਤਾ ਸੀਗਾ ਪਰ ਸਾਰਾ ਨੂੰ ਬੱਚਾ ਨਹੀਂ ਹੁੰਦਾ ਹੈਗਾ ਤੇ ਪਤਾ ਨਹੀਂ ਕਿੰਨੇ ਸਾਲ ਲੰਘੇ ਬਹੁਤ ਸਾਲ ਲੰਘੇ ਹੁਣ ਤੇ ਉਹਦੇ ਬੱਚਾ ਹੋਇਆ ਨਹੀਂ ਹੈਗਾ ਤੇ ਕਈ ਵਾਰੀ ਜਦੋਂ ਅਸੀਂ ਕਿਸੇ ਸਿਚੁਏਸ਼ਨ ਵਿੱਚ ਦੀ ਜਾਂਦੇ ਹੁੰਦੇ ਆ ਜਦੋਂ ਆਨਸਰ ਨਹੀਂ ਆਉਂਦਾ ਹੈਗਾ ਅਸੀਂ ਫੇਰ ਕਹਿੰਨੇ ਆ ਅਸੀਂ ਪਰਮੇਸ਼ਰ ਦੀ ਹੈਲਪ ਕਰ ਦਿੰਦੇ ਆ ਓਕੇ ਹੋ ਸਕਦਾ ਪਰਮੇਸ਼ਰ ਇਦਾਂ ਨਾ ਚਾਹੁੰਦਾ ਹੋਵੇ ਇਦਾਂ ਚਾਹੁੰਦਾ ਹੋਵੇ ਫੇ ਆਪਣੇ ਕੋਲੋਂ ਅਸੀਂ ਚੀਜ਼ਾਂ ਬਣਾਉਣਾ ਪੈਣੇ ਆ ਪਰ ਪਰਮੇਸ਼ਨ ਦੱਸਿਆ ਸੀਗਾ ਕਿ ਉਹ ਸਹਰਾ ਦੇ ਵੱਲੋਂ ਬੱਚਾ ਹੁਣ ਆਇਆ ਹੂੰ ਸੋ ਇਥੇ ਆਪਾਂ ਦੇਖਦੇ ਆ ਉਹ ਕਹਿੰਦੀ ਆ ਵੀ ਤੂੰ ਮੇਰੀ ਗੋਲੀ ਦੇ ਨਾਲ ਸੌ ਜਾ ਓਕੇ ਕਰੇ ਉੱਥੋਂ ਬਚਾਓ ਫਿਰ ਮੇਰੇ ਪੱਟਾਂ ਦੇ ਵਿੱਚ ਮੈਂ ਆਪਣੇਆਂ ਵਿੱਚ ਖਰਾਉਂਗੀ ਮੇਰਾ ਹੀ ਹੋ ਜਾਊਗਾ ਫਿਰ ਹੂੰ ਓਕੇ ਪਰ ਆਪਾਂ ਦੇਖ ਕੇ ਹਟਿਆ ਬਈ ਸੱਚੀ ਉਹ ਆਪਣਾ ਨਹੀਂ ਹੁੰਦਾ ਹੈਗਾ ਓਕੇ ਸੋ ਇਥੇ ਆਪਾਂ ਦੇਖਦੇ ਆਂ ਜਿਹੜਾ ਇਬਰਾਹਿਮ ਸੀ ਉਹਦੇ ਆਖੇ ਲੱਗ ਜਾਂਦਾ ਓਕੇ ਆਪਾਂ ਨੂੰ ਇਦਾਂ ਵੀ ਨਹੀਂ ਪਤਾ ਉਹ ਕਿੰਨਾ ਚਿਰ ਕਹਿੰਦੀ ਰਹੀ ਆ ਹੋ ਸਕਦਾ ਬਾਰ-ਬਾਰ ਉਹ ਜੀ ਕਹਿੰਦੀ ਹੋਵੇ ਉਹ ਮੰਦਰ ਹੋਵੇ ਆਪਾਂ ਵੀ ਡੋਨੋ ਓਕੇ ਦੂਸਰੀ ਚੀਜ਼ ਆਪਾਂ ਨੂੰ ਇਦਾਂ ਵੀ ਨਹੀਂ ਪਤਾ ਉਹਨੂੰ ਕੋਈ ਆਰਗੂਮੈਂਟ ਵੀ ਨਹੀਂ ਕੀਤਾ ਤੀਸਰੀ ਚੀਜ਼ ਆਪਾਂ ਨੂੰ ਇਦਾਂ ਜ਼ਰੂਰ ਪਤਾ ਆ ਉਹ ਫੇਥਫੁਲ ਆਦਮੀ ਸੀਗਾ ਹੋਰ ਔਰਤਾਂ ਉੱਥੇ ਬਥੇਰੀਆਂ ਸੀ ਗੋਲੀਆਂ ਉੱਥੇ ਬਹੁਤ ਸੀਗੀਆਂ ਜਿਹੜੀਆਂ ਉਹਦੇ ਵਾਸਤੇ ਨੂੰ ਕੰਮ ਕਰਦੀਆਂ ਸੀ ਬਹੁਤ ਸੀ ਉਹਨੇ ਕਦੇ ਵੀ ਕਿਸੇ ਨਾਲ ਫੇਰ ਨਹੀਂ ਲਿਆ ਹੈਗਾ ਉਹਨੇ ਕਦੇ ਨਾ ਕਿਸੇ ਨਾਲ ਕੋਈ ਗਲਤੀ ਨਹੀਂ ਕੀਤੀ ਹੈਗੀ ਓਕੇ ਸੋ ਇਥੇ ਆਪਾਂ ਨੂੰ ਪਤਾ ਲੱਗਦਾ ਆ ਵੀ ਉਹ ਸਹਿਰਾ ਦੇ ਅੱਖੇ ਲੱਗ ਗਿਆ ਆ ਉਹਦੇ ਅੱਖੇ ਲੱਗ ਕੇ ਇਹ ਗਲਤੀ ਹੋਈ ਆ ਓਕੇ ਤੇ ਉਹ ਹੱਲੇ ਤੱਕਰ ਵੀ ਜੇ ਆਪਾਂ ਹੁਣ ਦੇਖੀਏ ਹੱਲੇ ਤੱਕਰ ਵੀ ਉਹ ਭੋਗੜਿਆ ਅੱਜ ਕੱਲ ਇਜ਼ਰਾਈਲ ਦੇ ਵਿੱਚ ਲੜਾਈ ਲੱਗੀ ਆ ਉਸ ਭਰਾਮਾਂ ਦੀ ਲੱਗੀ ਹੋਈ ਆ ਜਿਹੜੇ ਮੁਸਲਮਾਨ ਮੁਸਲਮਾਨ ਭਰਾ ਆ ਉਸ ਉਹ ਉਹ ਉਹਦੇ ਜਿਹੜੇ ਇਸ ਲੜਕਾ ਜਿਹੜਾ ਹੋਇਆ ਸੀਗਾ ਹਲਗਾ ਨੂੰ ਇਸ਼ਮਾਇਲ ਦੇ ਵਿੱਚੋਂ ਲਾਈਨ ਦੇ ਵਿੱਚੋਂ ਹੱਲੇ ਆਏ ਆ ਓਕੇ ਹੱਲੇ ਤੱਕ ਵੀ ਪ੍ਰੋਬਲਮ ਹੋ ਰਹੀ ਆ ਸੋ ਕਈ ਵਾਰੀ ਜਿਹੜੀਆਂ ਅਸੀਂ ਗਲਤੀਆਂ ਕਰਦੇ ਆ ਉਹਦੀ ਪ੍ਰਾਈਸ 페 ਕਰਨੀ ਪੈਂਦੀ ਆ ਉਹਦੀ ਕੀਮਤ ਤੇ 페 ਕਰਨੀ ਪੈਂਦੀ ਆ ਸੋ ਇਥੇ ਦੋਹਾ ਦੀ ਗਲਤੀ ਸੀ ਜਰੂਰ ਏਬਰਾਹਮ ਉਹਦੇ ਆਖੇ ਲੱਗ ਗਿਆ ਪਰ ਉਹਨੂੰ ਵੀ ਸੋਚਣਾ ਚਾਹੀਦਾ ਸੀ ਤੇ ਉਹਨੂੰ ਵੀ ਨਹੀਂ ਪ੍ਰੈਸ਼ਰ ਪਾਉਣਾ ਚਾਹੀਦਾ ਜਾਂ ਕਹਿਣਾ ਚਾਹੀਦਾ ਸੀਗਾ ਰੋਂਗ ਹੋ ਗਿਆ ਸੀ ਓਕੇ ਸੋ ਇਥੇ ਕਈ ਵਾਰੀ ਹੁੰਦਾ ਆ ਸੋ ਇਥੇ ਪਹਿਲਾਂ ਤਾਂ ਆਪਾਂ ਦੇਖਦੇ ਆ ਸਾਰਾ ਉਹਨੂੰ ਕਹਿੰਦੀ ਆ ਤੋ ਅਖੇ ਲੱਜ ਜਾਂਦਾ ਪਰ ਫੇਕ ਹੀ ਹੁੰਦਾ ਜਦੋਂ ਉਹ ਗੋਲੀ ਪ੍ਰੈਗਨੈਂਟ ਹੋ ਜਾਂਦੀ ਆ ਤੇ ਉਹ ਹੁਣ ਸਮਝਣ ਲੱਗ ਪੈਂਦੀ ਆ ਆਪਣੇ ਆਪ ਨੂੰ ਵੀ ਮੈਂ ਮਾਲਕਣ ਆ ਹੁਣ ਓਕੇ ਇਸ ਆਰਟਸ ਨੂੰ ਤਾਂ ਬੇਬੀ ਨਹੀਂ ਹੋਇਆ ਹਮ ਓਕੇ ਮੈਨੂੰ ਤਾਂ ਹੁਣ ਹੋ ਜਾਣਾ ਮੈਂ ਮਾਲਕਣ ਆ ਉਹ ਉਹਦਾ ਥੋੜੀ ਆਪਾਂ ਪੰਜਾਬੀ ਕਿ ਨੱਕ ਚੱਕ ਹੋ ਜਾਂਦਾ ਤੇ ਉਹ ਕੁਝ ਆਪਣੇ ਆਪ ਨੂੰ ਜ਼ਿਆਦਾ ਸਮਝਣ ਲੱਗ ਪੈਂਦੀ ਆ ਤੇ ਸਹਰਾ ਦੇ ਮੋਰੇ ਵੀ ਬੋਲਣਾ ਪੈਂਦੀ ਉਹਦੇ ਅੱਖ ਵੀ ਨਹੀਂ ਲੱਗਦੀ ਹੈਗੀ ਤੇ ਉਸ ਨੂੰ ਪ੍ਰੋਬਲਮਸ ਪੈਣ ਲੱਗ ਪੈਂਦੀ ਆ। ਤਾਂ ਫਿਰ ਸਹਰਾ ਇਬਰਾਹਿਮ ਦੇ ਕੋਲ ਕੰਪਲੇਨ ਕਰਦੀ ਆ। ਉਹ ਆਪਾਂ ਪੜ੍ਹਦੇ ਆ 16 ਅ uh, ਵਰਸ 5। ਹਾਂਜੀ ਉਪਦਾ 16ਵਾਂ ਚੈਪਟਰ ਤੇ 5ਵੀਂ ਆਇਤ ਪੜ੍ਹਦੇ ਆ ਆਪਾਂ। ਤਾਂ ਸਾਰਾਏ ਨੇ ਇਬਰਾਹਿਮ ਨੂੰ ਆਖਿਆ ਮੇਰੀ ਹੱਤਿਆ ਤੇਰੇ ਉੱਤੇ ਪਵੇ। ਮੈਂ ਆਪਣੀ ਗੋਲੀ ਨੂੰ ਤੇਰੀ ਹੱਕ ਨਾਲ ਲਾ ਦਿੱਤਾ। ਅਤੇ ਜਦ ਉਸਨੇ ਵੇਖਿਆ ਕਿ ਉਹ ਗਰਮਣੀ ਹੋਈ ਹੈ ਤਾਂ ਮੇਰੀ ਕਦਰ ਉਹਦੀਆਂ ਅੱਖਾਂ ਵਿੱਚ ਘਟ ਗਈ। ਯਹੋਵਾ ਮੇਰਾ ਔਰ ਤੇਰਾ ਨਿਆਂ ਕਰੇ। ਅਮਨ। ਸੁ ਕੀ ਕਹਿੰਦੀ ਇੱਥੇ? ਉਹ ਅੰਗਰੇਜ਼ੀ ਵਿੱਚ ਜੋ ਪੜ੍ਹਿੰਕ ਸੁਣੋ। ਸੇਰਾ ਸੈਡ ਟੂ ਅਬਰਾਮ ਥਿਸ ਇਜ਼ ਯੋਰ ਫਾਲਟ। ਤੇਰੀ ਗਲਤੀ ਆ। ਓਕੇ। ਜਿ ਆਪਾਂ ਦੇਖੀਏ ਆਪਾਂ ਦੂਗੀ ਦੇਖੀ ਆਪਾਂ ਕੈਸੇ ਦੁਹਾ ਦੀ ਗਲਤੀ ਸੀ। ਪਰ ਸ਼ੁਰੂ ਉਹ ਸਿਹਰਤ ਹੋਈ ਸੀ ਹੁਣ ਉਹ ਸਭ ਕੁਝ ਇਬਰਾਹਿਮ ਦੇ ਉੱਤੇ ਸੱਚਣਾ ਚਾਹੁੰਦੀ ਹੈ ਕਿ ਬਹੁਤ ਵਾਰੀ ਇਦਾਂ ਹੁੰਦਾ ਹੈ ਪਰ ਆਈ ਗੇਵ this maid to you in your bosom ਐਂਡ ਹੁਣ ਉਹ ਮੈਨੂੰ ਪ੍ਰੋਬਲਮ ਦੇਣ ਲੱਗੀ ਆ ਓਕੇ ਇਬਰਾਹਿਮ ਦਾ ਆਦਮੀ ਦਾ ਕਈ ਵਾਰੀ ਇਹ ਜਵਾਬ ਹੁੰਦਾ ਜੋ ਮਰਜੀ ਗੱਲ ਆ ਸਾਨੂੰ ਕੀ ਆ ਵੈਸੇ ਇਬਰਾਹਿਮ ਕੀ ਗੱਲ ਹੈ ਵੇਸ 6 ਦੇ ਵਿੱਚ ਸੌਰੀ ਮੈਂ ਸੋਚਣ ਲੱਗੀ ਸੀ ਅਬਰਾਮਰੇ ਬਸ ਸੱਚੀ ਬੰਦੇ ਇਦਾਂ ਕਰਦੇ ਵੀ ਜੋ ਮਨਜੀ ਕਰ ਲੈ ਪ੍ਰਾਈਜ਼ ਹਾਂਜੀ ਹਾਂਜੀ ਇੱਥੇ ਇਦਾਂ ਲਿਖਿਆ ਫੇ ਅਬਰਾਮ ਨੇ ਸਾਰੇ ਨੂੰ ਆਖਿਆ ਵੇਗ ਤੇਰੀ ਗੋਲੀ ਤੇਰੇ ਵਸ ਵਿੱਚ ਹੈ ਜੋ ਤੇਰੀ ਨਿਗਾ ਵਿੱਚ ਚੰਗਾ ਹੈ ਤੂੰ ਉਸ ਨਾਲ ਉਹ ਹੀ ਕਰ ਉਹ ਪ੍ਰੰਤ ਸਾਰਾਈ ਨੇ ਉਸ ਦੇ ਨਾਲ ਸਾਖਤੀ ਕੀਤੀ ਅਤੇ ਉਹ ਉਸ ਦੇ ਕੋ ਉਸੇ ਕੋੋਂ ਭੱਜ ਗਈ ਆਮੈਂ ਸੌਰੀ ਬਾਟ ਦੈਟ ਓਕੇ ਸੋ ਕੀ ਹੋਇਆ ਰਿਸਪੌਂਸਿਬਿਲਟੀ ਨਹੀਂ ਲੈਣਾ ਚਾਹੁੰਦੇ ਹੈਗੇ। ਹੂੰ। ਸੋ ਹਣ ਹੋ ਉਤੋਂ ਛੱਡ ਕੇ ਚਲ ਜਾਂਦੀ ਹੈ, ਪ੍ਰੋਬਲਮ ਪੈ ਜਾਂਦੀ ਹੈ, ਜਿਹਨੂੰ ਮੁੜ ਕੇ ਆ ਜਾਂਦੀ ਹੈ। ਕਿ ਕਿ ਸਾਰੀ ਬੂਤ ਨੂੰ ਮਿਲਦੇ ਮੁੜ ਕੇ ਭੇਜ ਦਿੰਦੇ ਆ। ਸੋ ਇੱਥੇ ਆਪਾਂ ਦੇਖਦੇ ਆ ਬੇਸਾਂ ਨੂੰ ਰਿਸਪੌਂਸਿਬਿਲਟੀ ਲੈਣ ਦੀ ਜ਼ਰੂਰਤ ਹੈ। ਬਹੁਤ ਬਾਰੀ ਲੇਡੀਜ਼ ਦੇ ਕਾਰਨ ਆਦਮੀ ਗਲਤ ਹੋ ਗਿਆ ਸੀ। ਇਹਦਾ ਇਹ ਨਹੀਂ ਮਤਲਬ ਹੈਗਾ ਲੇਡੀਜ਼ ਇਫੋਰਸ ਸੀ, ਆਦਮੀ ਦੀ ਇਫੋਰਸ ਇਦਾਂ ਸੀਗੀ। ਬਈ ਉਹ ਨਹੀਂ ਡਿਸੈਂਡ ਨਹੀਂ ਕੀਤਾ ਉਹ ਨਹੀਂ ਦੇਖਿਆ ਨਹੀਂ ਉਹ ਕੀ ਕਰਦੇ ਸੀ ਓਕੇ ਆਪਾਂ ਬਾਈਬਲ ਦੇ ਵਿੱਚ ਕਿੰਗਸ ਦੀ ਕਿਤਾਬ ਦੇ ਵਿੱਚੋਂ ਆਪਾਂ ਐਬਨੂ ਐਬਨੂ ਐ ਇਹ ਰਾਜਾ ਐਬਨੂ ਪਾਉਣੇ ਆ ਤੇ ਉਹਦੀ ਜ਼ੈਜ਼ਵਲ ਉਹਦੀ ਵਾਈਫ ਹੁੰਦੀ ਹੈ ਤੇ ਉਹ ਗਲਤੀ ਕਰਦਾ ਗਲਤੀ ਕੀ ਹੁੰਦੀ ਹੈ ਉਹ ਹੋਰ ਕੌਮ ਦੇ ਵਿੱਚ ਜਾ ਕੇ ਵਿਆਹ ਕਰਾ ਲੀਦਾ ਆ ਉਸ ਦਾ ਸੋਹਣੀ ਬਹੁਤ ਹੋਵੇ ਹੋ ਸਕਦਾ ਉਹ ਕੋਈ ਹੋਰ ਕੋਈ ਮਤਲਬ ਹੋਵੇ ਪਰ ਇੱਕ ਚੀਜ਼ ਜ਼ਰੂਰ ਚ ਸਗੀ ਉਹ ਯਹੋਵਾ ਨੂੰ ਮੰਨਵਾਲੀ ਨਹੀਂ ਸੀਗੀ ਉਹ ਦੇਵਤਿਆਂ ਨੂੰ ਮੰਨਵਾਏ ਸੀ ਇਹਦੇ ਕਾਰਨ ਉਹ ਤੋਂ ਬਹੁਤ ਗਲਤੀਆਂ ਕਰਾ ਲੈਂਦੀ ਆ ਤੇ ਉਹੋ ਕਰ ਵੀ ਦਿੰਦਾ ਪਰ ਜਦੋਂ ਨਵੀ ਆ ਕੇ ਉਹਨੂੰ ਦੱਸਦੇ ਆ ਬਈ ਤੂੰ ਇਦਾਂ ਕੀਤਾ ਤੇ ਗਲਤ ਸੀਗਾ ਤੇ ਉਹ ਵਿਚਾਰਾ ਤੋਵਾ ਵੀ ਕਰ ਲੈਂਦਾ ਆ ਤੇ ਪਰਮੇਸ਼ਰ ਨੇ ਜਿਹੜੀ ਉਹਦੀ ਮੌਤ ਲੈਣੀ ਸੀ ਉਹ ਵੀ ਕੈਨਸਲ ਕਰ ਦਿੰਦਾ ਕਿਹਦਾ ਵੀ ਜੋ ਉਸ ਨੂੰ ਗਾਹਾਂ ਬਾਅਦ ਜਾ ਕੇ ਕਰਾਂਗੇ ਓਕੇ ਸੋ ਚੰਗਾ ਵੀ ਸੀਗਾ ਦੂਸਰੀ ਤਰ੍ਹਾਂ ਆਪਾਂ ਇਦਾਂ ਵੀ ਦੇਖਦੇ ਹੋ ਚ ਬਹੁਤ ਬਹਾਦਰ ਸੀਗਾ ਵੀਕ ਆਦਮੀ ਨਹੀਂ ਸੀ ਕਮਜ਼ੋਰ ਨਹੀਂ ਸੀਗਾ ਉਹ ਲੜਾਈਆਂ ਦੇ ਵਿੱਚ ਰਾਜਿਆਂ ਦੇ ਨਾਲ ਲੜਾਈ ਕਰਕੇ ਬਹੁਤ ਜਿੱਤਿਆ ਸੀਗਾ ਸੋ ਇਥੇ ਆਪਾਂ ਦੇਖਦੇ ਹਾਂ ਜਦੋਂ ਇਟਸ ਬਿਟਵੀਨ men and women ਕਈ ਵਾਰੀ ਫੇਰ ਸਿੰ ਗਲਤੀਆਂ ਕਰ ਲਾ ਪੈਂਦੇ ਆ ਸੋਲੋਮਨ ਨਾਲ ਵੀ ਇਦਾਂ ਹੀ ਹੋਈ ਸੀ ਜਦੋਂ ਅਸੀਂ ਸੋਲੋਮਨ ਦੇ ਬਾਰੇ ਪੜ੍ਹਦੇ ਹਾਂ ਜਿੰਨਾ ਚਿਰ ਤਾਂ ਉਹ ਟੈਂਪਲ ਦੇ ਵਿੱਚ ਬਿਜ਼ੀ ਸੀਗਾ ਉਹਦੀ ਸ਼ਾਦੀ ਜਿਹੜੀ ਇਜ਼ਰਲੀ ਊਮਨ ਸੀ ਉਹਨਾਂ ਦੇ ਨਾਲ ਹੋਈ ਸੀਗੀ ਉਹ ਠੀਕ ਸੀਗਾ ਜਦੋਂ ਉਹ ਟੈਂਪਲ ਬਣਾ ਲਿਆ ਆਪ ਬਹੁਤ ਮਸ਼ਹੂਰ ਹੋ ਗਿਆ ਧਨ ਬਹੁਤ ਆ ਗਿਆ ਬਹੁਤ ਚੀਜ਼ਾਂ ਹੋਣ ਲੱਗ ਪਈਆਂ ਤੇ ਆਪਾਂ ਦੇਖਦੇ ਆ ਉਹਨੂੰ ਕਦੇ ਤੱਕ ਦੇ ਕੋਈ ਕੋਈ ਕਹਿੰਦਾ ਤੇ ਉਹ ਫੇ ਆਪਾਂ ਦੇਖਦੇ ਆ ਬਈ ਅਮ ਸੌਰੀ ਟਿਸਕੀ ਤੇ ਉਹ ਉਹਦੇ ਸੌਰੀ ਡੋੜ ਸੀਗੀ ਓਕੇ ਉਹਦੇ ਬਾਰੇ ਆਪਾਂ ਦੇਖਦੇ ਆਂ ਤੇ ਬਈ ਆਪਾਂ ਨੂੰ ਪਤਾ ਲੱਗਦਾ ਜਿਹੜੀ ਵੱਡੀ ਸਾਰਿਆਂ ਨੂੰ ਗਲਤੀ ਸੋਲਬਨ ਨੇ ਖਾਦੀ ਸੀਗੀ ਉਹ ਇਸ ਕਾਰਨ ਸੀਗੀ ਕਰਕੇ ਉਹਦੇ ਕੋਲ ਗਲਤੀ ਕੀ ਹੋਈ ਸੀ ਉਹ ਉਹ ਜਿਹੜੀਆਂ 12 ਬੁੜੀਆਂ ਉਹਨੇ ਵਿਆਹ ਕਰਾਇਆ ਸੀਗਾ ਜਿਹੜੀਆਂ ਹੋਰ ਨਾ ਦੇਵਤੇ ਨੂੰ ਮੰਨਦੀਆਂ ਸੀ ਉਹ ਫਿਰ ਜਦੋਂ ਆਉਂਦੀਆਂ ਸੀ ਉਹ ਸੋਲੋਮਨ ਨੂੰ ਕਹਿੰਦੀਆਂ ਸੀ ਸਾਡੇ ਦੇਵਤਾ ਦੀ ਬੁੱਤ ਬਣਾ ਕੇ ਦੇ ਸਾਡੇ ਦੇਵਤਾ ਦੀ ਜਗ੍ਹਾ ਬਣਾ ਕੇ ਦੇ ਤੇ ਜਦੋਂ ਉਹ ਬਣਾਉਂਦਾ ਸੀਗਾ ਤੇ ਉਹ ਫਿਰ ਨਾਲ ਉਹਨੂੰ ਵੀ ਲੈ ਜਾਂਦੀ ਸੀ ਪੂਜਾ ਕਰਨ ਨੂੰ ਇਥੋਂ ਆਪਾਂ ਦੇਖਦੇ ਹਾਂ ਸੋਲੋਮਨ ਜਿਹੜਾ richest man ever wisest man ever ਦੁਨੀਆਂ ਦੇ ਵਿੱਚ ਸਗਾ ਉਹ ਵੀ ਗਲਤੀ ਕਰ ਜਾਂਦਾ ਹੈ ਸੋ ਜਰੂਰ ਆਪਾਂ ਦੇਖਦੇ ਹਾਂ ਵੀ ਕਈ ਵਾਰੀ ਔਰਤਾਂ ਦੇ ਮਗਰ ਲਾ ਕੇ ਆਦਮੀ ਜਿਹੜੇ ਸਟਰੋਂਗ ਵੀ ਸੀਗੇ ਉਹ ਵੀ ਗਲਤੀਆਂ ਕਰ ਗਏ ਪਰ ਸਾਨੂੰ ਬਚਨ ਮੋਰੇ ਰੱਖਣਾ ਚਾਹੀਦਾ ਜੇ ਅਸੀਂ ਬਚਨ ਤੇ ਚੱਲਦੇ ਰਹੇ ਤੇ ਅਸੀਂ ਸਟਰੋਂਗ ਹੋਣਾ ਹੈ ਸੋ ਅਸੀਂ ਬਚਨ ਤੇ ਚੱਲਣ ਦੀ ਜਰੂਰਤ ਹੈ ਸੋ ਇੱਥੇ ਆਪਾਂ ਇੱਕ ਹੋਰ ਚੀਜ਼ ਦੇਖਾਂਗੇ ਨੈਕਸਟ ਵੀਕ ਨੂੰ ਆਪਾਂ ਦੇਖਾਂਗੇ ਬੱਚੇ ਆਈ ਤੇ ਆਪਾਂ ਨੂੰ ਕਈ ਵਾਰੀ ਇੱਧਰ ਲਾ ਦੰਦਾ ਸੀ ਸਭ ਕੁਝ ਭੈਣਾਂ ਤੇ ਬਲੇਮ ਦੇਈ ਜਾਂਦੇ ਆ ਜਾਂ ਔਰਤਾਂ ਦੇ ਬਲੇਮ ਦੇਈ ਜਾਂਦੇ ਆ ਪਰ ਆਪਾਂ ਦੇਖਾਂਗੇ ਬਈ ਕਈ ਸੀਗੀਆਂ ਔਰਤਾਂ ਜਿਹੜੀਆਂ ਬਹੁਤ ਸਟਰੋਂਗ ਸੀ ਜਿਹੜੇ ਬਚਨ ਦੇ ਵੇ ਸਟਰੋਂਗ ਸੀ ਪਰ ਕਈ ਜਿਹੜੇ ਆਦਮੀ ਉਹ ਇੰਨੇ ਸਟਰੋਂਗ ਨਹੀਂ ਸੀ ਤੇ ਉਹ ਉਹ ਆਦਮੀਆਂ ਨਾਲੋਂ ਵੀ ਜ਼ਿਆਦਾ ਸੋਗ ਸੀਗੇ ਸੋ ਆਪਾਂ ਬੈਲੈਂਸ ਰੱਖਦੇ ਆ ਤੇ ਆਪਾਂ ਉਹਨਾਂ ਦਾ ਪੋਜੀਸ਼ਨ ਦੇਖਦੇ ਆ ਬਈ ਇਸ ਤਰਤੀ ਦੇ ਉੱਤੇ ਕੀ ਆ ਇਸ ਚਰਚ ਦੇ ਵਿੱਚ ਕੀ ਆ ਫੈਮਿਲੀ ਦੇ ਵਿੱਚ ਕੀ ਆ ਤੇ ਦੁਨੀਆ ਦੇ ਵਿੱਚ ਕੀ ਆ ਆਮਨ ਆਪਾਂ ਥੋੜੇ ਜਿਹੇ ਸ੍ਰਿੰਦਰ ਆਪਣੇ ਨਾਲ ਕੋਸ ਆਪਣੇ ਖਿਆਲ ਸ਼ੇਅਰ ਕਰੂਗੀ ਫਿਰ ਮੈਂ ਤੁਹਾਡੇ ਵਾਸਤੇ ਪ੍ਰੇ ਕਰੂੰਗਾ ਤੇ ਜੇ ਤੁਸੀਂ ਇਸ ਵੇਲੇ ਹੋ ਸਕਦਾ ਤੁਸੀਂ ਆਪਣੇ ਪੋਜੀਸ਼ਨਸ ਨਾਲ ਹੋਮੋ ਜੇ ਗਲਤੀ ਕਰ ਚੁੱਕੇ ਆ ਤੁਸੀਂ ਤੋਬਾ ਕਰਕੇ ਜਦੋਂ ਮਰਜੀ ਆਪਣੇ ਆਪ ਨੂੰ ਸਹੀ ਕਰ ਸਕਦੇ ਆ ਆਮਨ ਜਦੋਂ ਅਸੀਂ ਨਹੀਂ ਪਰਮਿਸ਼ਨ ਨੂੰ ਜਾਣਦੇ ਹੁੰਦੇ ਸਾਲੇ ਕੋ ਗਲਤੀਆਂ ਹੋ ਜਾਂਦੀਆਂ ਆ ਜਾਣਦੇ ਵੀ ਹੋ ਜਾਂਦੇ ਆ ਹਾ ਲੋਕ ਜਿਹੜੇ ਆਪਾਂ ਦੇਖਦੇ ਹੱਡੇ ਦੋਏ ਜਾਣਦੇ ਸੀਗੇ ਪਰ ਉਹਨਾਂ ਕੋ ਗਲਤੀਆਂ ਹੋ ਗਿਆ ਪਰ ਜਦੋਂ ਉਹਨੇ ਤੋਬਾ ਕੀਤੀ ਪਰਮੇਸ਼ਰ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਆਮੇਨ ਓਕੇ ਸੋ ਦੋ ਚੀਜ਼ਾਂ ਸੋਨ ਦੇ ਸ਼ੇਅਰ ਕਰੂੰਗਾ ਫਿਰ ਮੈਂ ਤੁਹਾਡੇ ਵਾਸਤੇ ਪ੍ਰੇ ਕਰੂੰਗਾ ਆਮੇਨ ਐਸ ویਲ ਇਦਾਂ ਹੀ ਲੱਗਦਾ ਵੀ ਜਦਾਂ ਔਰਤ ਜਿਹੜੀ ਆ ਉਹ ਗਲਤੀਆਂ ਕਰਾ ਲੈਂਦੀ ਆ ਬੰਦੇ ਤਾਂ ਪ੍ਰੈਸ਼ਰ ਪਾ ਦਿੰਦੀ ਆ ਕਿਸੇ ਹੱਦ ਤੱਕ ਸਹੀ ਵੀ ਹੈਗਾ ਹੈ ਪਰ ਜੇ ਆਪਾਂ ਪਹਿਲਾਂ ਬਿਗਿਨਿੰਗ 'ਚ ਦੇਖੀਏ ਪਰਮੇਸ਼ਰ ਨੇ ਪਹਿਲਾਂ ਹੀ ਦੇਖਿਆ ਸੀ ਜਾਂ ਦੱਸਿਆ ਸੀ ਕਿ ਜਿਹੜੀ ਜਿਹੜਾ ਆਦਮੀ ਆ ਉਹਨੂੰ ਲੋੜ ਔਰਤ ਦੀ ਅਮਨ ਸੋ ਇਸ ਕਰਕੇ ਪਰਮੇਸ਼ਰ ਨੇ ਔਰਤ ਨੂੰ ਬਣਾਇਆ ਸੀ ਕਿ ਉਹਦੀ ਮਦਦਕਾਰ ਬਣ ਸਕੇ ਤੇ ਮਦਦਕਾਰ ਕਿੱਥੋਂ ਸ਼ੁਰੂ ਹੁੰਦੀ ਹੈ ਸੱਚੀ ਗੱਲ ਉਹ ਘਰ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਜਦੋਂ ਹਸਬੰਡ ਔਰ ਚੀਜ਼ਾਂ ਦੇ ਵਿੱਚ ਰਿਸਪੌਂਸੀਬਲ ਹੁੰਦੇ ਆ ਕੰਮਕਾਰ ਕਰਦੇ ਆ ਜਾਂ ਬਾਹਰ ਜਾਂਦੇ ਆ ਤੇ ਲੇਡੀਜ਼ ਬੱਚਿਆਂ ਦੇ ਨਾਲ ਸੰਭਾਲਦੇ ਆ ਖਾਣਾ ਪੀਣਾ ਬਣਾਉਂਦੀ ਆ ਉਹਦੀ ਮਦਦ ਕਰਵਾ ਪਰ ਕਿਸੇ ਹੱਦ ਤੱਕ ਕਈ ਵਾਰੀ ਇੰਨਾ ਜ਼ਿਆਦਾ ਕਿ ਸਮਾਨ ਘਰ ਚ ਪੈ ਜਾਂਦਾ ਕਈ ਵਾਰੀ ਅਸੀਂ ਕਹਿੰਦੇ ਨੇ ਕਿ ਮਾਪੇ ਦੀ ਗਲਤੀ ਆ ਜਿੱਦਾਂ ਅੱਜ ਪਾਸਟ ਜੀ ਨੇ ਦੱਸਿਆ ਵੀ ਜ਼ਰੂਰ ਹੈਗਾ ਵੀ ਆ ਪਰ ਪਰਮੇਸ਼ੁਰ ਦਾ ਬਚਨ ਸਾਨੂੰ ਇਹ ਵੀ ਦੱਸਦਾ ਕਿ ਆਪਣੇ ਮਾਪੇ-ਬਾਪ ਨੂੰ ਆਨਰ ਕਰਨਾ ਹੈ ਇੱਜ਼ਤ ਦੇਣੀ ਹੈ। ਅਮਨ। ਸੋ ਜ਼ਰੂਰ ਪਰਮੇਸ਼ੁਰ ਨੇ ਆਦਮੀ ਤੇ ਔਰਤ ਨੂੰ ਪਹਿਲਾਂ ਇਕੱਠੇ ਬਣਾਇਆ ਸੀ। ਪਰ ਉਹਨੇ ਹੁਕਮ ਵੀ ਦਿੱਤਾ ਸੀ ਕਿ ਤੁਸੀਂ ਆਪਣੇ ਮਾਪੇ-ਬਾਪ ਨੂੰ ਆਨਰ ਕਰੋ, ਇੱਜ਼ਤ ਕਰੋ ਤੇ ਉਹਨਾਂ ਦੀ ਦੇਖਭਾਲ ਵੀ ਕਰੋ। ਅਮਨ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਮਾਪਿਆਂ ਨੂੰ ਇਗਨੋਰ ਕਰ ਦੇਣਾ ਹੈ। ਜਾਂ ਅਸੀਂ ਆਪਣੀ ਵਾਈਫ ਨੂੰ ਜਾਂ ਆਪਣੇ ਹਸਬੰਡ ਨੂੰ ਇਗਨੋਰ ਕਰ ਦੇਣਾ ਹੈ ਮੇਰੇ ਖਿਆਲ ਦੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਕਿ ਸਾਨੂੰ ਇਕੱਠੇ ਚੱਲਣਾ ਚਾਹੀਦਾ ਹੈ ਤੇ ਬਹੁਤ ਹੱਦ ਤੱਕ ਲੋਕ ਇਕੱਠੇ ਚੱਲਦੇ ਵੀ ਹੈਗੇ ਆ ਬਹੁਤ ਬਹੁਤ ਹੱਦ ਤੱਕ ਅੱਜ ਕੱਲ ਮਾਡਰਨ ਜਿਹੜਾ ਆ ਸਿਸਟਮ ਇਹ ਡਿਫਰੈਂਟ ਹੋ ਗਿਆ ਹੈ ਅਧੀਨਗੀ ਨਹੀਂ ਰਹੀ ਨਮਰਤਾ ਨਹੀਂ ਰਹੀ ਮਾਪਿਆਂ ਦੇ ਆਣ-ਆਗਿਆ ਕਰੀ ਹੋ ਗਏ ਆ ਤੇ ਉਹਦੀ سزا ਵੀ ਸਾਨੂੰ ਮਿਲਦੀ ਆ ਤੇ ਜਦੋਂ ਅਸੀਂ ਅਧੀਨ ਨਹੀਂ ਰਹਿੰਦੇ ਆਪਣੇ ਹਸਬੰਡ ਦੇ ਜਾਂ ਹਸਬੰਡ ਸਾਡੇ ਨਾਲ ਨਹੀਂ ਤੁਰਦੇ ਦੋਨੋਂ ਪਾਸਿਆਂ ਤੇ ਇੱਕ ਸਮਾਣਾ ਤੇ ਜਿਹੜੀ ਆਪਾਂ ਐਸੀ ਕਰਕੇ ਕਈ ਵਾਰੀ ਹਸਬੰਡ ਵਾਈਫ ਦੀ ਗੱਲ ਛੱਡ ਕੇ ਮਾਪਿਆਂ ਦੀ ਗੱਲ ਛੱਡ ਕੇ ਤੀਸਰਾ ਪਰਸਨ ਵੀ ਸਾਡੇ ਜੀਵਨ ਦੇ ਵਿੱਚ ਆ ਜਾਂਦਾ ਹੈ ਜਿਹਨੂੰ ਅਸੀਂ ਕਹਿੰਦੇ ਅਸੀਂ ਫੇਰ ਕਰ ਲੈਨੇ ਜਾਂ ਸਾਡੇ ਵਿੱਚ ਧੰਨ ਆ ਜਾਂਦਾ ਕੰਮ ਜ਼ਿਆਦਾ ਆ ਜਾਂਦਾ ਹੈ ਦਾ ਹਸਬੰਡ ਵਾਈਫ ਦੇ ਕੋਲ ਟਾਈਮ ਨਹੀਂ ਹੈਗਾ ਇਕੱਠੇ ਰਹਿਣ ਨੂੰ ਸੋ ਬਹੁਤ ਤਰੀਕੇ ਨਾਲ ਸਾਡੀ ਜਿਹੜੀ ਰਿਲੇਸ਼ਨਸ਼ਿਪ ਆ ਉਹ ਵੀਕ ਹੋ ਜਾਂਦੀ ਆ ਪਰ ਸੱਚੀ ਗੱਲ ਉਹ ਆ ਕਿ ਅਸੀਂ ਜੇ ਸਾਥ ਦੇ ਨਾਲ ਰਹੀਏ ਇੱਕ ਦੂਏ ਨੂੰ ਸਮਝਣ ਵਾਲੇ ਹੋਈਏ ਇੱਕ ਦੂਏ ਨੂੰ ਇੱਜ਼ਤ ਦੇਣ ਵਾਲੇ ਹੋਵੇ ਚਾਹੇ ਹਸਬੰਡ ਹੋਣ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਆਪਣੀ ਵਾਈਫ ਨੂੰ ਪਿਆਰ ਕਰਨ ਤੇ ਇੱਜ਼ਤ ਵੀ ਦੇਣ ਕਿਉਂਕਿ ਉਹਨਾਂ ਲਈ ਵੀ ਥੋੜਾ ਔਖਾ ਹੁੰਦਾ ਕਿ ਬੜੀ ਪ੍ਰੈਸ਼ਰ ਦੇ ਥੱਲੇ ਹੁੰਦੇ ਆ ਤੇ ਵਾਈਫ ਨੂੰ ਵੀ ਚਾਹੀਦਾ ਆ ਕਿ ਆਪਣੇ ਹਸਬੰਡ ਦੀ ਇੱਜ਼ਤ ਕਰ ਸਕਾਂ ਲਾਪਾ ਨਾ ਕਰਨ ਆਮੈ ਸੋ ਦੋਨੋਂ ਹੀ ਤਰੀਕਿਆਂ ਦੇ ਨਾਲ ਚੱਲਦਾ ਆ ਜਦੋਂ ਅਸੀਂ ਇੱਕ ਦੂਜੇ ਨੂੰ ਅੰਡਰਸਟੈਂਡ ਕਰਨ ਲੱਪੇ ਅਸੀਂ ਉਹਨਾਂ ਦੇ ਮਾਪਿਆਂ ਦੀ ਵੀ ਇੱਜ਼ਤ ਕਰਨੀ ਆ ਬਹੁਤ ਵਾਰੀ ਇੰਡੀਅਨ ਕਲਚਰ ਦੇ ਵਿੱਚ ਅੱਜ ਪਾਸਟਰ ਜੀ ਕਹਿੰਦੇ ਸੀ ਕਿ ਜਾਦਾ ਕਹਿੰਦੇ ਆ ਬਹੁਤ ਵਾਰੀ ਔਰਤ ਆਪਣੇ ਮਾਪਿਆਂ ਨੂੰ ਪਹਿਲਾਂ ਰੱਖਣਾ ਚਾਹੁੰਦੀ ਆ ਤੇ ਜਿਹੜਾ ਹਸਬੰਡ ਉਹ ਆਪਣੇ ਮਾਪਿਆਂ ਨੂੰ ਪਹਿਲਾਂ ਰੱਖਣਾ ਚਾਹੁੰਦੇ ਭਵਾਂ ਨੂੰ ਦਾ ਰਿਸ਼ਤਾ ਸਹੀ ਹੋਵੇ ਉਹ ਕਹਿੰਦੇ ਉਹ ਤੇਰੇ ਮਾਂ ਪੇ ਆ ਮੇਰੇ ਮਾਂ ਪੇ ਆ ਪਰ ਸਹੀ ਹੈ ਉਹ ਨਹੀਂ ਸਾਨੂੰ ਜਨਮ ਦਿੱਤਾ ਪਾਲਿਆ ਪਰ ਜਦੋਂ ਅਸੀਂ ਇਕੱਠੇ ਰਹਿੰਦੇ ਆ ਸਾਨੂੰ ਬਾਈਬਲ ਦੱਸਦੀ ਆ ਕਿ ਅਸੀਂ ਉਹਨਾਂ ਦੀ ਇੱਜ਼ਤ ਮਾਨ ਕਰ ਸਕੀਏ ਨਾ ਹੀ ਪਰਮੇਸ਼ਰ ਨੇ ਕਿਹਾ ਜਾਂ ਇਨਸਾਨ ਨੂੰ ਵੀ ਸਮਝਣ ਦੀ ਲੋੜ ਆ ਕਿ ਜਿਹੜੀ ਪਤਨੀ ਦਾ ਉਹਦਾ ਆ ਉਹ ਮਾਂ ਨੂੰ ਨਹੀਂ ਦਿੱਤਾ ਜਾ ਸਕਦਾ ਤੇ ਜਿਹੜਾ ਮਾਂ ਦਾ ਉਹਦਾ ਆ ਉਹ ਪਤਨੀ ਨੂੰ ਨਹੀਂ ਦਿੱਤਾ ਜਾ ਸਕਦਾ ਸੋ ਸਾਨੂੰ ਸਮਝ ਜੇ ਅਸੀਂ ਲਈਏ ਕਿ ਸਾਨੂੰ ਇੱਕ ਦੂਏ ਦੀ ਇੱਜ਼ਤ ਕਰਨ ਦੀ ਲੋੜ ਆ। ਆਮੈ। ਮਾਪਿਆਂ ਦੇ ਵੀ ਹਸਬੰਡ ਵਾਈਫ ਦੇ ਵੀ ਦੋਹਾਂ ਨੂੰ ਕਿਸੇ ਨੂੰ ਨੀਮਾ ਨਾ ਰਖੀਏ। ਜ਼ਰੂਰ ਮੈਂ ਕੱਦ ਵਿੱਚ ਵੀ ਛੋਟੀ ਆ। ਤੇ ਇਹਦਾ ਮਤਲਬ ਇਹ ਨਹੀਂ ਕਿ ਪਾਸਟਰ ਜੀ ਹੁਣ ਮੈਨੂੰ ਉਹਦੇ ਥੱਲੇ ਰੱਖੀ ਜਾਣ। ਪਰ ਅਸੀਂ ਜੇ ਆਪਣਾ ਘਰ ਚਲਾਉਣਾ ਹੈ ਅਸੀਂ ਪਿਆਰ ਦੇ ਨਾਲ ਚਲਾ ਸਕਦੇ ਆ। ਆਮੈ। ਜਿਹੜੀ ਰਹੀ ਸਹਰਾ ਦੀ ਗੱਲ। ਅਬਰਾਹਮ ਨੂੰ ਪਰਮੇਸ਼ਰ ਨੇ ਕਿਹਾ ਸੀ ਕਿ ਤੇਰੇ ਉਹਨੇ ਸਾਲ ਨੂੰ ਬੇਟਾ ਹੋਊਗਾ ਜਾਂ ਐਨੇ ਤੈਨੂੰ ਮੈਂ ਵਾਅਦਾ ਦਿੱਤਾ ਜਦੋਂ ਇਬਰਾਹਿਮ ਨੇ ਹੀ ਪਹਿਲਾਂ ਉਹਨੂੰ ਕਿਹਾ ਸੀ ਤੂੰ ਮੈਨੂੰ ਕੀ ਦੇਊਂਗਾ ਪਿਤਾ ਕਿਉਂਕਿ ਮੇਰੇ ਕੋਲ ਤਾਂ ਜਿਹੜਾ ਮੇਰਾ ਘਰਵਾਸ ਸਾਰੇ ਆ ਸਾਮਾਨ ਆ ਵਰਕਤਾ ਹੈ ਇਹ ਤਾਂ ਮੇਰੇ ਨੁੱਕਰ ਦੀਆਂ ਹੀ ਹੋਣੀਆਂ ਮੇਰੇ ਕੋਲ ਤਾਂ ਔਲਾਦ ਵੀ ਹੈ ਨਹੀਂਗੀ ਸੋ ਪਰਮੇਸ਼ਰ ਨੇ ਪਹਿਲਾਂ ਇਬਰਾਹਿਮ ਨੂੰ ਹੀ ਵਰਕਤ ਦਿੱਤੀ ਸੀ ਉਹਨੂੰ ਹੀ ਕਿਹਾ ਸੀਗਾ ਜਰੂਰ ਪ੍ਰੈਸ਼ਰ ਦੇ ਥੱਲੇ ਕਈ ਵਾਰੀ ਲੇਡੀਜ਼ ਦੇ ਆ ਜਾਂਦੇ ਆ ਪਰ ਇਹ ਚੇਤਾ ਨਾ ਭੁੱਲੀਏ ਕੀ ਅਸੀਂ ਉਹਨੂੰ ਸਮਝਾ ਵੀ ਸਕਦੇ ਆ ਉਹਨਾਂ ਨਾਲ ਗੱਲਬਾਤ ਕਰ ਸਕਦੇ ਜਿੱਦਾਂ ਬ੍ਰਾਹਮਣ ਕਹਿੰਦਾ ਔਰ ਜਿੱਦਾਂ ਤੇਰੇ ਜੀ ਕਾ ਤਾਂ ਉਹਦੇ ਨਾਲ ਆ ਇਦਾਂ ਨਹੀਂ ਆਪਾਂ ਬੈਠ ਕੇ ਇੱਕ ਦੂਏ ਦੀ ਸੁਣ ਸਕਦੇ ਕਈ ਵਾਰੀ ਸਾਡੇ ਕੋਲ ਟਾਈਮ ਨਹੀਂ ਹੈਗਾ ਇਸ ਕਰਕੇ ਅਸੀਂ ਪ੍ਰੈਸ਼ਰ ਦੇ ਥੱਲੇ ਆ ਜਾਂਦੇ ਆ ਤੇ ਫੇ ਪਾਪ ਕਰ ਬੈਠਦੇ ਆ ਪਰ ਜੇ ਅਸੀਂ ਮੋੜ ਤੇ ਰਹੀਏ ਕਿ ਪਰਮੇਸ਼ਰ ਨੇ ਕੀ ਕਿਹਾ ਸੀ ਤੇ ਉਹ ਗੱਲ ਨੂੰ ਮੋੜ ਕੇ ਚੇਤੇ ਕਰੀਏ ਤੇ ਜਦੋਂ ਅਸੀਂ ਪਰਮੇਸ਼ਰ ਦੇ ਬਚਨ ਨੂੰ ਮੋੜ ਕੇ ਚੇਤੇ ਕਰਦੇ ਚਾਹੇ ਔਰਤ ਹੋਵੇ ਕਿ ਚਾਹੇ ਆਦਮੀ ਹੋਵੇ ਦੋਨੀਆਂ ਗਲਤੀਆਂ ਕਰ ਸਕਦੇ ਆ ਪਰ ਜੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਆਪਣੇ ਜੀਵਨ ਦੇ ਵਿੱਚ ਰੱਖਿਆ ਤਾਂ ਅਸੀਂ ਇੱਕ ਦੂਜੇ ਨੂੰ ਸੰਭਾਲ ਸਕਦੇ ਆ ਆਮਨ ਕਦੀ ਵੀ ਕੋਈ ਵੀ ਵੀਕ ਹੋ ਸਕਦਾ ਔਰਤ ਵੀ ਵੀਕ ਹੋ ਸਕਦੀ ਤਾਂ ਹੀ ਤਾਂ ਉਹਨੇ ਕਿਹਾ ਕਿ ਮੈਨੂੰ ਬੇਟਾ ਚਾਹੀਦਾ ਸੀ ਪਰਮੇਸ਼ਰ ਨੇ ਵਾਅਦਾ ਪੂਰਾ ਕੀਤਾ ਐ ਪੂਰਾ ਨਹੀਂ ਕੀਤਾ ਉਹਨੇ ਕੀਤਾ ਤਾਂ ਸੀ ਹੋ ਸਕਦਾ ਆ ਉਹਦੀ ਆਪਣੀ ਸੋਚ ਆ ਗਈ ਉਹ ਕਹਿੰਦੀ ਹੋ ਸਕਦਾ ਗੋਲੀ ਤੋਂ ਮੈਨੂੰ ਬੇਟਾ ਮਿਲੂਗਾ ਸੋ ਜੇ ਇਬਰਾਹਿਮ ਉਹਨੂੰ ਸਮਝਾ ਦਿੰਦਾ ਪ੍ਰੈਸ਼ਰ ਦੇ ਥੱਲੇ ਨਾ ਆਉਂਦਾ ਤੇ ਉੱਥੇ ਪਾਪ ਤੋਂ ਬਚ ਸਕਦੇ ਸੀ। ਆਮੈਨ। ਇਸ ਕਰਕੇ ਸਾਨੂੰ ਰਿਲੇਸ਼ਨਸ਼ਿਪ ਇੱਕ ਦੂਏ ਨੂੰ ਅੰਡਰਸਟੈਂਡਿੰਗ ਕਰਨ ਦੀ ਲੋੜ ਆ ਤੇ ਸਮਝਣ ਦੀ ਵੀ ਲੋੜ ਆ ਤੇ ਸਮਝਾਉਣ ਦੀ ਵੀ। ਉਦੋਂ ਨਹੀਂ ਹੁੰਦਾ ਉਦੋਂ ਨਹੀਂ ਅਸੀਂ ਸਮਝਾਉਂਦੇ ਜਾਂ ਜਦੋਂ ਸਾਡੇ ਕੋਲ ਟਾਈਮ ਨਹੀਂ ਹੈਗਾ ਜਾਂ ਸਾਡੇ ਕੋਲ ਪਿਆਰ ਨਹੀਂ ਹੈਗਾ। ਇਸੇ ਤਰ੍ਹਾਂ ਅੱਜਕੱਲ ਜਿਹੜੀ ਰਿਲੇਸ਼ਨਸ਼ਿਪ ਆ ਮਾਪੇ ਨੂੰ ਤਾਂ ਇੱਕ ਪਾਸੇ ਛੱਡ ਦੋ ਬਹੁਤ ਸਾਰੇ ਲੋਕ ਫੇਰ ਲੈਂਦੇ ਉਹ ਕਹਿੰਦੇ ਫੇਕ ਕੀ ਹੋ ਗਿਆ ਇਹ ਤੇ ਜੋ ਕੀ ਆ ਇਹ ਤਾਂ ਥੋੜੇ ਜਿਹੇ ਦਾ ਉਦਾਂ ਹੀ ਹੋ ਗਿਆ ਇਹ ਪਾਪ ਵਾ ਬਹੁਤ ਵੱਡਾ ਪਾਪ ਵਾ ਤੇ ਇਹਦੇ ਨਾਲ ਸਾਡੇ ਰਿਸ਼ਤੇ ਵੀ ਟੁੱਟਦੇ ਆ ਸੋ ਸਾਨੂੰ ਹਰ ਇੱਕ ਚੀਜ਼ ਤੋਂ ਜਿਹੜੀ ਵੀ ਪਰਮੇਸ਼ਵਰ ਦੇ ਬਚਨਾਂ ਨਾਲ ਗੱਲ ਨਹੀਂ ਰਲਦੀ ਉਹ ਤੋਂ ਖਬਰਦਾਰ ਹੋਣ ਦੀ ਲੋੜ ਆ ਤਾਂ ਕਿ ਸਾਡੀ ਮੈਰਿਜ ਦੇ ਵਿੱਚ ਅਸੀਂ ਸਟਰੋਂਗ ਬਣੀਏ ਤੇ ਇੱਕ ਦੂਏ ਦੀ ਹੈਲਪ ਕਰ ਸਕੀਏ ਕਿਉਂਕਿ ਪਰਮੇਸ਼ਰ ਨੇ ਆਦਮੀ ਤੇ ਔਰਤ ਨੂੰ ਦੋਹਾਂ ਨੂੰ ਇਸੇ ਕਰਕੇ ਜੋੜਿਆ ਕਿ ਅਸੀਂ ਇਸ ਦੁਨੀਆ ਦੇ ਵਿੱਚ ਵਧিয়ে ਤੇ ਫੁੱਲੀਏ ਤਾਂ ਹੀ ਵਧਾ ਫੁੱਲਾਂਗੇ ਜੇ ਅਸੀਂ ਪਿਆਰ ਦੇ ਵਿੱਚ ਰਵਾਂਗੇ ਜੇ ਸਾਡੇ ਘਰ ਵਿੱਚ ਹੀ ਸ਼ਾਂਤੀ ਹੈ ਨਹੀਂ ਘਰ ਵਿੱਚ ਹੀ ਪਿਆਰ ਦੋਹਾਂ 'ਚ ਹੀ ਹੈ ਨਹੀਂ ਤਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਉਹੀ ਸਿੱਖਾ ਦੇ ਰਹੇ ਹਾਂ ਉਹਨਾਂ ਦਾ ਵੀ ਕਿਸਮਾਨ ਹੋ ਜਾਂਦਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਵੀ ਕਿਸਮਾਨ ਆ ਜਾਂਦਾ ਤੇ ਉਹ ਵੀ ਅੱਕ ਜਾਂਦੇ ਆ ਪਰ ਜੇ ਸਾਡਾ ਪਹਿਲਾ ਨਿਸ਼ਾਨਾ ਉਹੀ ਰਵੇ ਜਿਦਾ ਪਾਸਟਰ ਜੀ ਨੇ ਕਹਿਆ ਸੀ ਭਾਵਾਂ ਸਾਰੀ ਦੁਨੀਆ ਦਾ ਗੇੜਾ ਕੱਢ ਲਈਏ ਪਰ ਜੇ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਰਹੀਏ ਕਿ ਪਰਮੇਸ਼ਰ ਨੇ ਕਿਉਂ ਆਦਮੀ ਤੇ ਔਰਤ ਨੂੰ ਬਣਾਇਆ ਤੇ ਫੇ ਅਸੀਂ ਸਮਝ ਸਕਦੇ ਹਾਂ ਫੇ ਜਦੋਂ ਅਸੀਂ ਉਹਦੇ ਵਚਨਾਂ ਦੀ ਨੌਲੇਜ ਰੱਖਾਂਗੇ ਤੇ ਉਹ ਸਾਨੂੰ ਸਮਝਾ ਸਕਦਾ ਜਦੋਂ ਅਸੀਂ ਉਹਦੇ ਕੋਲੋਂ ਨੇ ਜੇ ਇੱਕ ਜਣਾ ਕਮਜ਼ੋਰ ਪੈ ਜਵੇ ਉਹਨੂੰ ਡਿਗੜ ਨਾ ਦਈਏ ਪਰ ਉਹਨੂੰ ਸਮਝਾ ਸਕਦੇ ਹਾਂ ਤਾਂ ਕਿ ਆਪ ਵੀ ਪਾਪ ਕਰਨ ਤੋਂ ਬਚ ਸਕੀਏ ਮੈਂ ਇਹ ਕਹੂੰਗੀ ਕਰਕੇ ਮੈਨੂੰ ਪਤਾ ਆ ਕਿ ਔਰਤ ਵੀ ਬਹੁਤ ਸਹੰਦੀ ਆ ਪਰਮੇਸ਼ਰ ਨੇ ਸਹੰਦ ਦੀ ਸ਼ਕਤੀ ਦਿੱਤੀ ਆ ਪਰ ਬਹੁਤ ਵਾਰੀ ਡੈਗ ਵੀ ਪੈਂਦੀ ਆ ਕਿਉਂਕਿ ਉਹ ਕਈ ਵਾਰੀ ਲਨਲੀ ਵੀ ਫੀਲ ਕਰਦੀ ਆ ਕਈ ਵਾਰੀ ਉਹਨੂੰ ਡਿਮਾਂਡ ਹੁੰਦੀ ਆ ਜਿੱਦਾ ਸਹਾਰਾ ਦੀ ਡਿਮਾਂਡ ਸੀ ਮੈਨੂੰ ਬੇਬੀ ਹੋਣਾ ਚਾਹੀਦਾ ਹੈ ਇਸ ਕਰਕੇ ਆਪਾਂ ਖਿਆਲ ਰੱਖੀਏ ਤੇ ਆਪਣੇ ਘਰ ਦੇ ਵਿੱਚ ਬੈਰੀ ਦਾ ਕੰਮ ਨਾ ਕਰੀਏ ਪਰ ਪਰਮੇਸ਼ਰ ਦੇ ਬਚਨਾਂ ਨਾਲ ਗਾਹਾਂ ਬੱਧੇ ਚਾਹੀਏ ਆਮਨ ਆਮਨ ਅਮਨ Praise the Lord ਸੱਚੀ ਆਪਾਂ ਹਲੇ ਇਹਦੇ ਵਿੱਚ ਬਹੁਤ ਹੋਰ ਚੀਜ਼ਾਂ ਦੇਖਣ ਵਾਲੀਆਂ ਤੇ ਹੁਣ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਆਉਂਗਾ ਇਹ ਵੀਕਾਂ ਦੇ ਵਿੱਚ ਆਪਾਂ ਇਹ ਦੇਖਾਂਗੇ ਤੇ ਇਕੱਠੇ ਬਹਿ ਕੇ ਬਾਈਬਲ ਦੇ ਵਿੱਚੋਂ ਸਟੱਡੀ ਕਰਾਂਗੇ ਸੋ ਇਹਨਾਂ ਦੇ ਆਪਾਂ ਸਾਰੇ ਜਵਾਬ ਦੇਖਾਂਗੇ ਤੇ ਪਰਮੇਸ਼ਰ ਕੀ ਸਾਡੇ ਕੋਲ ਸੇਵਾ ਚਾਹੁੰਦਾ ਤੇ ਕੀ ਸਾਡੇ ਕੋਲ ਉਹ ਚਰਚ ਦੇ ਵਿੱਚ ਹਿੱਸਾ ਸਾਡਾ ਜਾਂ ਚਰਚ ਵਿੱਚ ਹਨ ਕੀ ਫੰਕਸ਼ਨਸ ਹੈ ਸੋ ਉਹ ਇੰਪੋਰਟਡ ਇਹ ਖਾਸ ਆ ਤੇ ਸਾਨੂੰ ਬਾਈਬਲ ਵਿੱਚੋਂ ਸਮਝਣ ਦੀ ਜ਼ਰੂਰਤ ਆ ਅੱਜ ਕੱਲ ਬਈ ਜਿੱਦਾਂ ਕਹਿੰਦਾ ਸੀ ਬਹੁਤ ਲੋਕੀ ਮਿਕਸਡ ਹੋਏ ਆ ਇਸ ਕੰਮ ਨੂੰ ਮਿਸਟ ਮਿਕ ਹੋਏ ਜਿਦਾ ਆਪਾਂ ਇੱਕਾਈਦ ਪੜ੍ਹੀ ਸੀ ਉਹਦੇ ਵਿੱਚ ਲਿਖਿਆ ਸੀ ਵੀ ਭੈਣਾ ਚਰਚ ਵਿੱਚ ਬੋਲਣ ਨਾ ਉਹ ਉਦਾਂ ਦੀ ਇਕਾਇਤ ਲੈ ਕੇ ਫਿਰ ਉਹ ਲੇਡੀਜ਼ ਨੂੰ ਕਿਤੇ ਵੀ ਗਾਹ ਆਉਣੀ ਦਿੰਦੇ ਹੈਗੇ ਤੇ ਦੂਸਰੇ ਤਰ੍ਹਾਂ ਜਾਂ ਕੋਈ ਲੇਡੀਜ਼ ਗਾਹ ਹੋ ਕੇ ਤੇ ਉਹ ਆਪਣੇ ਹਸਬੰਦ ਦੀ ਰਿਸਪੈਕਟ ਨਹੀਂ ਕਰਦੀ ਹੈਗੀਆ ਤੇ ਉਹ ਦੋਏ ਗਲਤ ਹੋ ਜਾਂਦੀਆਂ ਓਕੇ ਆਪਾਂ ਗੱਭੇ ਦੇਖਾਂਗੇ ਬਾਈਬਲ ਦੇ ਵਿੱਚੋਂ ਆਪਾਂ ਨੂੰ ਕੀ ਦੱਸਦੀ ਹੈ ਤੇ ਕਹਤੇ ਆਪਾਂ ਨੂੰ ਇਦਾਂ ਪਰਮੇਸ਼ਰ ਦੱਸਦਾ ਇਹ ਵੀ ਆਪਾਂ ਬਾਈਬਲ ਐਕਸਪਲੇਨ ਕਰਦੀ ਹੈ ਵੀ ਕਹਤੇ ਇਦਾਂ ਚਾਹੀਦਾ ਸੋ ਆਪਾਂ ਇਹ ক্লোਸਲੀ ਸਟਡੀ ਕਰਾਂਗੇ ਹੁਣ ਆਪਾਂ ਪ੍ਰੇ ਕਰਾਂਗੇ ਜੇ ਤੁਹਾਡੇ ਕੋਲ ਮਿਨਿਸਟਰੀ ਹੈ ਵੀ ਪ੍ਰਭੂ ਤੁਹਾਨੂੰ ਮਿਨਿਸਟਰੀ ਦੇ ਵਿੱਚ ਵਧਾਵੇ ਤੇ ਦੂਸਰੀ ਚੀਜ਼ ਹੈ ਜੇ ਆਪਾਂ ਐਸ ਵੇਲੇ ਦੁਹੀ ਬਿਮਾਰੀਆਂ ਜਾਂ ਹੋਰ ਕੋਈ ਮੁਸੀਬਤ ਵਿੱਚ ਹੀ ਜਾ ਰਹੇ ਆ ਅਸੀਂ ਪ੍ਰੇ ਕਰਾਂਗੇ ਤੇ ਪਰਮੇਸ਼ਰ ਤੁਹਾਨੂੰ ਮੈਰੇਕੁਲਸਲੀ ਉਹਦੇ ਵਿੱਚੋਂ ਕੱਢ ਕੇ ਲਿਆਊਗਾ ਸੋ ਪਹਿਲਾਂ ਆਪਾਂ ਤੁਹਾਡੀ ਜਿਹੜੀ ਵੀ ਤੁਸੀਂ ਐਸ ਵੇਲੇ ਚਰਚ ਵਿੱਚ ਸੇਵਾ ਕਰ ਰਹੇ ਆ ਉਹਨਾਂ ਵਾਸਤੇ ਪ੍ਰੇ ਕਰ ਲੱਗੇ ਆ ਵੀ ਤੁਸੀਂ ਆਪਣੀ ਸੇਵਾ ਦੇ ਵਿੱਚ ਵੱਧਦੇ ਰਹੋ ਆਜੋ ਆਪਾਂ ਪ੍ਰੇ ਕਰੀਏ ਸਾਰਗਵਿਤਾਹੀ ਤੁਹਾਡਾ ਧੰਨਵਾਦ ਤੁਹਾਡੀ ਵਿਡੀਓ ਹੀ ਕਰਦੇ ਆ ਅਸੀਂ ਐਸ ਵੇਲੇ ਪੜਨਾਂ ਵਾਸਤੇ ਪ੍ਰੇ ਕਰਦੇ ਆ ਸਿਸਟਰਸ ਵਾਸਤੇ ਪ੍ਰੇ ਕਰਦੇ ਆ ਥਸਵਰਗੁਤਾ ਜਿਹੜੀ ਤੁਹਾਡੇ ਇਸ ਵੇਲੇ ਤੁਸੀਂ ਚਰਚ ਵਿੱਚ ਰੱਖਿਓ ਆ ਥਸਵਰਗੁਤਾ ਅਸੀਂ ਚਾਹੁੰਦੇ ਆ ਉਹ ਆਪਣੀ ਮਿਨਿਸਟਰੀ ਦੇ ਵਿੱਚ ਗਾਹਾਂ ਵਧਣ ਥਸਵਰਗੁਤਾ ਜਿਹੜਾ ਤੁਹਾਡਾ ਕੰਮ ਆ ਉਹ ਕਰ ਸਕਣ ਥਸਵਰਗੁਤਾ ਉਹਦੇ ਵਿੱਚ ਸੈਟੀਸਫਾਈਡ ਹੀ ਫੀਲ ਕਰਨ ਵੀ ਤੁਹਾਡੀ ਮਰਜ਼ੀ ਪੂਰੀ ਕਰ ਰਿਹਾ ਥਸਵਰਗੁਤਾ ਸਾਨੂੰ ਵੀ ਵਿਜ਼ਡਮ ਦਿਓ ਜਿਹੜੇ ਪਾਸਟਰਸ ਆ ਜਿਹੜੇ ਲੀਡਰਸ ਆ ਥਸਵਰਗੁਤਾ ਉਹ ਸਹੀ ਤਰ੍ਹਾਂ ਇਸ ਚੀਜ਼ ਨੂੰ ਡਿਵਾਈਡ ਕਰ ਸਕਣ ਜਿੱਦਾਂ ਬਾਈਬਲ ਸਾਨੂੰ ਦੱਸਦੀ ਆ ਸਰਗੁਤਾ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਵੀਡੀਓ ਕਰਦੇ ਹਾਂ ਜਦੋਂ ਅਸੀਂ ਆਉਣ ਵਾਲੇ ਟਾਈਮ ਵਿੱਚ ਨੂੰ ਸਟੱਡੀ ਕਰਨਾ ਸਾਡੀ ਮਦਦ ਕਰਨੀ ਅਸੀਂ ਰਾਈਟਲੀ ਸਹੀ ਤਰ੍ਹਾਂ ਇਸ ਬੱਚੇ ਨੂੰ ਡਿਵਾਈਡ ਕਰ ਸਕੀਏ ਤਾਂ ਸਰਗੁਤਾ ਅਸੀਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ ਜਿਹੜੇ ਇਸ ਵੇਲੇ ਸਰਗੁਤਾ ਦੁੱਖ ਦੀ ਹਾਲੀ ਵਿੱਚ ਦੀ ਜਾ ਰਿਹਾ ਹੈ ਜਿਹੜੇ ਇਸ ਵੇਲੇ ਹੋ ਸਕਦਾ ਬਿਮਾਰੀਆਂ ਵਿੱਚ ਦੀ ਜਾ ਰਿਹਾ ਤੇ ਡਾਕਟਰ ਕੋਈ ਹੋਪ ਨਹੀਂ ਦਿੰਦੀ ਹੈਗੀ ਤਾਂ ਸਰਗੁਤਾ ਅਸੀਂ ਬਹੁਤ ਤੁਹਾਡੇ ਧੰਨਵਾਦੀ ਹਾਂ ਤੁਸੀਂ ਮਿਲਕ ਵਰਕਿੰਗ ਪਰਮਿਸ਼ਨ ਆ ਤੇ ਤੁਸੀਂ ਉਹਨਾਂ ਦੀ ਮਦਦ ਕਰ ਸਕਦੇ ਆ ਇਸ ਕਰਕੇ ਸਾਰਗੁਤਾ ਸੀ ਤੁਹਾਨੂੰ ਉਹਨਾਂ ਨੂੰ ਤੁਹਾਡੇ ਕੋਲ ਲਿਫਟ ਉਪ ਕਰ ਦੇ ਉਹਨਾਂ ਤੇ ਕਿਰਪਾ ਕਰੋ ਜੋ ਵੀ ਮੇਰੇ ਭੈਣ ਭਰਾਵਾਂ ਦੇ ਵਿੱਚ ਇਸ ਵੇਲੇ ਬਿਮਾਰੀ ਆ ਮੈਂ ਯਿਸੂ ਮਸੀਹ ਦੇ ਨਾਮ 'ਚ ਹੁਕਮ ਦਿੰਦਾ ਐਸੇ ਵੇਲੇ ਛੱਡ ਕੇ ਚਲ ਜਵੇ ਤੇ ਉਹਨਾਂ ਦੇ ਉਹਨਾਂ ਦੇ ਸਰੀਰਾਂ ਦੇ ਵਿੱਚ ਸ਼ਿਫਾ ਹੋਣ ਲੱਪ ਜਾਵੇ ਅਮਨ ਬਾਈ ਦੇ ਬਾਈ ਦਾ ਸਟ੍ਰਾਈਪਸ ਓ ਜੀਜ਼ਸ ਹੈਲਥ ਐਂਡ ਹੀਲਿੰਗ ਹੌਣ ਲੱਪ ਵੇਸ ਸਾਰਗੁਤਾ ਜਿਹੜੇ ਇਸ ਵੇਲੇ ਪਰਵਾਰਾਂ ਦੇ ਵਿੱਚ ਗੜਬੜ ਆਈ ਹੈ ਮੈਰਿਜਾਂ ਦੇ ਵਿੱਚ ਗੜਬੜ ਆਈ ਹੈ ਜਿਨ੍ਹਾਂ ਦੇ ਬਾਰੇ ਅਸੀਂ ਗੱਲਾਂ ਕਰਦੇ ਆਏ ਹਾਂ ਸਵਰਗਵਤਾ ਦੀ ਕਿਰਪਾ ਕਰੋ ਤੁਸੀਂ ਨਹੀਂ ਚਾਹੁੰਦੇ ਉੱਥੇ ਡਿਵੋਰਸ ਹੋਵੇ ਤੁਸੀਂ ਨਹੀਂ ਚਾਹੁੰਦੇ ਉਹ ਜੁੜੇ ਹੋਣ ਸਵਰਗਵਤਾ ਤੁਸੀਂ ਚਾਹੁੰਦੇ ਉੱਥੇ ਹੀਲਿੰਗ ਹੋਵੇ ਇਸ ਕਰਕੇ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ ਸਵਰਗਵਤਾ ਮੈਰਿਜਾਂ ਵਿੱਚ ਵੀ ਹੀਲ ਕਰੋ ਉਹਨਾਂ ਨੂੰ ਮੁੜ ਕੇ ਫੇਰ ਜੋੜੋ ਆਪਣਾ ਪਿਆਰ ਸਵਰਗਵਤਾ ਦਿਲਾਂ ਦੇ ਵਿੱਚ ਪਾਓ ਸਰਗੁਤਾ ਸਿਚੋਨੇ ਕੋਈ ਵੀ ਹਰਤ ਨਾ ਹੋਵੇ ਨਿਆਣਿਆ ਦੀ ਮਦਦ ਕਰੋ ਸਰਗੁਤਾ ਸਿਚੀ ਤੁਹਾਡਾ ਧੰਨਵਾਦ ਤੁਹਾਡੀ ਵਧਾਈ ਯਿਸੂ ਮਸੀਹ ਦੇ ਨਾਮ ਵਿੱਚ ਕਰਦੇ ਆ ਆਮੇਨ ਸਿੰਦੇ ਦੋਖ ਨੋਟਿਸ ਦੇਉਗੀ ਹਾਂਜੀ ਫਿਰ ਆਪਾਂ ਫਿਨਿਸ਼ ਕਰਦੇ ਆ ਪ੍ਰਭੂ ਦਾ ਪਤਾ ਨਵਾਦ ਕਰਦੇ ਕਿ ਸੱਚੀ ਪਰਮੇਸ਼ਰ ਨੇ ਆਦਮੀ ਤੇ ਔਰਤ ਨੂੰ ਇਸੇ ਲਈ ਬਣਾਇਆ ਕਿ ਅਸੀਂ ਬਰਾਬਰ ਇੱਕ ਦੂਏ ਦੇ ਚੱਲੀਏ ਤੇ ਇੱਕ ਦੂਏ ਦਾ ਸਾਥ ਦੇ ਸਕੀਏ ਚੰਗਿਆਈ ਦੇ ਵਿੱਚ ਵੀ ਤੇ ਬਰਿਆਈ ਦੇ ਵਿੱਚ ਪੁਲਿਆਈ ਦੇ ਵਿੱਚ ਹਰ ਜਗ੍ਹਾ ਵਿੱਚ ਸੋ ਆਪਾਂ ਪ੍ਰਭੂ ਦਾ ਧੰਨਵਾਦ ਕਰਦੇ ਆ ਪਰਮੇਸ਼ਰ ਦੀ ਕ੍ਰिएशन ਵਾਸਤੇ ਕਿਰਪਾ ਵਾਸਤੇ ਤੇ ਸੰਦੇ ਨੂੰ ਆਪਣੀ ਮੀਟਿੰਗ ਆ 3:30 ਵਜੇ ਐਮਨ ਐ ਸੰਡੇ 23 ਨੂੰ ਤੁਸੀਂ ਜਰੂਰ ਆਇਓ ਤੇ ਜਰੂਰ ਬਚਨ ਨੂੰ ਸੁਣ ਕੇ ਉਹਦੇ ਤੇ ਗੌਰ ਕਰਿਓ ਜਿਹੜੇ ਅੱਜ ਬਚਨ ਕਹੇ ਆਪਣੇ ਫੈਮਿਲੀ ਦੇ ਵਿੱਚ ਵੀ ਬਹੁਤ ਕੰਮ ਆ ਸਕਦੇ ਆ ਆਉਣ ਵਾਲੇ ਆ ਸੋ ਇਹਤੇ ਵੀ ਗੌਰ ਕਰਨਾ ਤੇ 23 ਨੂੰ 3:30 ਵਜੇ ਚਰਚ ਵਿੱਚ ਆਉਣਾ ਜੇ ਤੁਸੀਂ ਕਿਸੇ ਵੀ ਚਰਚ ਨੂੰ ਨਹੀਂ ਜਾਂਦੇ ਹੈਗੇ ਪਰ ਆਨਲਾਈਨ ਹੀ ਸੁਣਦੇ ਆ ਤੇ ਮੇਰੀ ਰਿਕੁਐਸਟ ਹੋ ਆ ਕਿ ਤੁਸੀਂ ਜ਼ਰੂਰ 올 ਨੇਸ਼ਨ ਚਰਚ ਦੇ ਵਿੱਚ ਆਇਓ ਅਮਨ ਤੇ ਅਸੀਂ ਤੁਹਾਨੂੰ ਵੈਲਕਮ ਕਰਦੇ ਜੀ ਆਇਆਂ ਨੂੰ ਕਹਿੰਦੇ ਆ ਪਰ ਜੇ ਤੁਸੀਂ ਕਿਸੇ ਵੀ ਹੋਰ ਚਰਚ ਨਾਲ ਜੁੜੇ ਹੋ ਆ ਵਫਾਦਾਰ ਹੋ ਆ ਤਾਂ ਉਸੇ ਵਫਾਦਾਰੀ ਰਹੀਓ ਤੇ ਉਹਨਾਂ ਦੇ ਨਾਲ ਉਹਨਾਂ ਚਿਰ ਹਿੱਲੇ ਹੋ ਨਾ ਜਿੰਨਾ ਚਿਰ ਪ੍ਰਭੂ ਦਾ ਆਤਮਾ ਤੁਹਾਡੀ ਅਗਵਾਈ ਨਹੀਂ ਕਰਦਾ ਉੱਥੇ ਹੀ ਫੇਥਫੁਲੀ ਆਪਣੀ ਚਰਚ ਦੇ ਵਿੱਚ ਪਾਸਟਰ ਦੇ ਨਾਲ ਫੇਥਫੁਲ ਰਹਿਣਾ ਤੇ ਚੰਗੀਆਂ ਸਿੱਖਿਆ ਨੂੰ ਫੜ ਕੇ ਰੱਖਣਾ ਹੇਮਨ ਅਮਨ ਯੈਸ ਤੇ 29 ਤਰੀਕ ਨੂੰ ਤੇ 5 ਤਰੀਕ ਨੂੰ ਬਹੁਤ ਧਿਆਨ ਨਾਲ ਸੁਣਨਾ 29 ਨਵੰਬਰ ਦੀ ਅਕਤੂਬਰ ਦੀ ਅਕਤੂਬਰ ਦੀ 29 ਤੇ ਨਵੰਬਰ ਦੀ 5 ਤਰੀਕ ਨੂੰ ਡਾਕਟਰ ਕੁਸ਼ਾਨ ਦੇਓਲ ਜੀ ਸਾਡੇ ਨਾਲ ਹੋਣਗੇ ਓਲਨੇਸ਼ਨ ਚਰਚ ਦੇ ਵਿੱਚ 3:30 ਵਜੇ 29th of October ਆਪਾਸ 3 ਗੁਰシャン ਦਿਓਲ ਜੀ ਸਾਡੇ ਨਾਲ ਹੋਣਗੇ 올ਨੇਸ਼ਨ ਚਰਚ ਵਿੱਚ ਤੇ 5 ਨਵੰਬਰ ਨੂੰ ਵੀ 3:30 ਵਜੇ ਸੋ ਇਹ ਦੋਨੀਆਂ ਮੀਟਿੰਗਾਂ ਤੁਸੀਂ ਨੋਟ ਕਰ ਲਓ ਮੈਂ ਤਾਂ ਹੀ ਦੋ ਵਾਰੀ ਰਿਪੀਟ ਕਰ ਦਿੱਤਾ ਹੈ 29th ਅਕਤੂਬਰ ਐਂਡ 5th ਆਫ ਨਵੰਬਰ ਪਾਸਟਰ ਗੁਰシャン ਦਿਓਲ ਜੀ ਸਾਡੇ ਨਾਲ 3:30 ਵਜੇ 올ਨੇਸ਼ਨ ਵਿੱਚ ਹੋਣਗੇ ਤੁਸੀਂ ਜਰੂਰ ਆਇਓ ਬਹੁਤ ਸਾਰੇ ਲੋਕ ਬਹੁਤ ਉਹਨਾਂ ਨੂੰ ਪਿਆਰ ਕਰਦੇ ਆ ਤੇ ਅਸੀਂ ਤੁਹਾਨੂੰ ਸੱਦਾ ਦਿੰਨੇ ਆ ਜਰੂਰ ਉਲਨੇਸ਼ਨ ਦੇ ਵਿੱਚ 3:30 ਵਜੇ ਤੁਸੀਂ ਆਉਣਾ ਗੋਡ ਬlesਸ ਯੂ ਪਰ ਇਹਦੇ ਵਿੱਚ ਵੀ ਕੰਡੀਸ਼ਨ ਹੈਗੀ ਆ ਤੁਹਾਨੂੰ ਸੱਦਾ ਦੇ ਦਿੱਤਾ ਆ ਪਰ ਕੀ ਪੜਾ ਉਹ ਤੋਂ ਪਹਿਲਾਂ ਯਿਸੂ ਮਸੀਹ ਜੀ ਆਜਾ ਹਾਂ ਯਾ ਦੈਟਸ ਰਾਈਟ ਤੇ ਉਹਦੇ ਲਈ ਵੀ ਤੁਸੀਂ ਤਿਆਰੀ ਕਰਨੀ ਆ ਜਿੱਦਾਂ ਆਪਾਂ ਗੁਰਸ਼ਾਨ ਨੂੰ ਮਿਲਣ ਵਾਸਤੇ ਤਿਆਰੀ ਕਰਨੀ ਆ ਕਿ ਅਸੀਂ ਆਉਣਾ ਸੁਣਨਾ ਪ੍ਰਭੂ ਨੇ ਕੀ ਸਾਡੇ ਲਈ ਭੇਜਿਆ ਗੁਰਸ਼ਾਨ ਨੂੰ ਨਹੀਂ ਪ੍ਰਮੂਹ ਦੇ ਬਚਨ ਨੂੰ ਸੁਣਨ ਲਈ ਆਉਣਾ ਹੈ ਤੁਸੀਂ ਸੋ ਇਸ ਕਰਕੇ ਜੀ ਉਹ ਉਦੋਂ ਪਹਿਲਾਂ ਯਿਸੂ ਮਸੀਹ ਜੀ ਨੇ ਆਉਣਾ ਹੈ ਤੇ ਆਪਾਂ ਨੂੰ ਉਹਦੀ ਵੀ ਤਿਆਰੀ ਕਰਨੀ ਪੈਣੀ ਹੈ ਸੋ ਉਹਦੇ ਨੂੰ ਵੀ ਮਿਲਣ ਨੂੰ ਤਿਆਰ ਰਹਿਣਾ ਕਿਉਂਕਿ ਬਹੁਤ ਅਖੀਰੀ ਟਾਈਮ ਆ ਲੜਾਈਆਂ ਝਗੜੇ ਹੋ ਰਹੇ ਆ ਤੂਫਾਨ ਆ ਰਿਹਾ ਹੈ ਫਲਡਸ ਆ ਰਹੇ ਆ ਇਹ ਸਾਰੇ ਨਿਸ਼ਾਨ ਬਾਈਬਲ ਚ ਦਿੱਤੇ ਗਏ ਆ ਸੋ ਤੁਸੀਂ ਆਪਣੇ ਆਪ ਨੂੰ ਤਿਆਰ ਰੱਖਣਾ ਡਰਨਾ ਨਹੀਂ ਘਬਰਾਉਣਾ ਨਹੀਂ ਪਰ ਪਰਮੇਸ਼ਰ ਦੀ ਧੂਲਨ ਨੂੰ ਲੈਣ ਨੂੰ ਯਿਸੂ ਮਸੀਹ ਆ ਰਿਹਾ ਆ ਤੇ ਆਪਾਂ ਉਹਦੇ ਨਾਲ ਜਾਣ ਨੂੰ ਵੀ ਤਿਆਰ ਰਹਿਣਾ ਸੋਚੇ ਨਹੀਂ ਆਏ ਤਾਂ ਆਪਾਂ ਜਰੂਰ 22 ਨੂੰ 29 ਨੂੰ ਤੇ 5 ਤਰੀਕ ਨਵੰਬਰ ਦੇ ਨੂੰ ਮਿਲਣਾ ਹੈ ਅਮੇ ਉਦੋਂ ਤੱਕ ਲਈਸ ਤੁਹਾਨੂੰ ਸਾਰੇ ਨੂੰ ਜੈਮਸੀ ਦੀ ਗੋਡ ਬਲੈਸ ਜੈਮਸੀ ਦੀ ਐਵਰੀਬਾਡੀ ਗੋਡ ਬਲੈਸ ਯੂ ਬਲੈਸਡ ਡੇ ਅੰਦੂ ਜੈਨ ਬਲੈਸ ਕਰਦੇ ਰਹੋ